ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ ਪੀ ਸਲਾਹੇ ਹੋ ਸਾਚਾ ਸੋਏ ਜਾਗੀ ਨਦਰ ਸਦਾ ਸੁਖ ਹੋਏ ਰਹਾਓ ਵੱਡਾ ਕਰਸਾ ਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨ ਹੋਏ ਜੋ ਤਿਸ ਪਾਵੈ ਸੋ ਥੀਐ ਰੰਨ ਕੇ ਰੁੰਨੈ ਹੋਏ ਧਰਤੀ ਉੱਪਰ ਕੋਟਗੜ ਕੇਤੀ ਗਈ ਵਜਾਏ ਜੋ ਅਸਮਾਨ ਨਮਾਵਣੀ ਤਿਨ ਨੱਕ ਨੱਥਾ ਪਾਏ ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗੁਣ ਜੇਤੜੇ ਕੇਤੀ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਅਣ ਮਾਰ ਕੱਢੋ ਬੇ ਪੀਰ ਅੱਗੇ ਗਏ ਨ ਮੰਨੀਅਣ ਮਾਰ ਕੱਢੋ ਬੇ ਪੀਰ ਵਾਹਿਗੁਰੂ ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਪੂਰਨ ਗੁਰਸਿੱਖ ਪੂਰਨ ਸ਼ਰਧਾਵਾਨ ਪੂਰਨ ਪ੍ਰੇਮ ਪ੍ਰੀਤ ਦੇ ਵਿੱਚ ਰਸ ਮਗਨ ਹੋਈ ਗੁਰੂ ਦੀ ਪਰਮ ਪਿਆਰੀ ਆਤਮਾ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਬੈਠ ਕੇ ਗੁਰੂ ਦੀ ਗੁਰਬਾਣੀ ਨੂੰ ਸਰਵਣ ਕਰਦੀ ਹੈ ਨਾ ਉਦੋਂ ਉਸ ਦੇ ਮਨ ਨੂੰ ਇੱਕ ਐਸੇ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ ਕਿ ਉਸਦਾ ਮਨ ਤਨ ਸੀਤਲ ਹੋ ਜਾਂਦਾ ਹੈ ਸੁੱਖਾਂ ਦਾ ਭੰਡਾਰ ਉਸਦੇ ਅੰਤਰ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਸੁੱਖ ਹੀ ਸੁੱਖ ਉਸ ਨੂੰ ਆਨੰਦ ਹੀ ਆਨੰਦ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਤੋ ਸਤਸੰਗ ਜੀ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇਹ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਅਸੀਂ ਵਿਚਾਰ ਕਰਾਂਗੇ ਔਰ ਲਗਾਤਾਰ ਇਹ ਬਾਣੀ ਜਿੱਥੋਂ ਤੀਕਰ ਚੱਲੇਗੀ ਅਸੀਂ ਵਿਚਾਰ ਕਰਾਂਗੇ। ਇਸ ਸ਼ਬਦ ਦੇ ਵਿੱਚ ਅੱਜ ਜੋ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਹੈ, ਆਓ ਆਪਾਂ ਵਿਚਾਰ ਕਰਦੇ ਹਾਂ। ਸ਼ਬਦ ਰਾਗ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਪਰਮ ਪਿਤਾ ਪਰਮਾਤਮਾ ਦਾ ਮੰਗਲਾ ਉਚਾਰਨ ਕੀਤਾ ਹੈ, ਉਸ ਦੀ ਉਸਤਤੀ ਕੀਤੀ ਹੈ, ਉਸਦੀ ਸਿਫਤ ਸਲਾਹ ਕੀਤੀ ਹੈ, ਉਸਦੀ ਵਡਿਆਈ ਕੀਤੀ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸਹਿਭੰ ਗੁਰ ਪ੍ਰਸਾਦ। ਇਹ ਉਸ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਦੇ ਸਾਜਨ ਹਾਰੇ ਦਾ ਉਸਤੀ ਵਜੋਂ ਇਹ ਅਲੰਕਾਰ ਰੂਪ ਹੈ, ਮੰਗਲਾਚਰਨ ਹੈ। ਤੋ ਸਤਸੰਗ ਜੀ, ਇਸ ਦੇ ਵਿੱਚ ਗੁਰੂ ਸਾਹਿਬ ਸਾਨੂੰ ਕੀ ਭਾਵ ਅਰਥ ਦੱਸਦੇ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਇੱਕ ਹੈ, ਉਹ ਓਅੰਕਾਰ ਸਾਰੀ ਸ੍ਰਿਸ਼ਟੀ ਦੇ ਵਿੱਚ ਚਾਰੋਂ ਪਾਸੇ ਹਰ ਜਗ੍ਹਾ ਵਿਆਪਤ ਹੈ, ਕਣ ਕਣ ਦੇ ਵਿੱਚ ਸਮਾਇਆ ਹੋਇਆ, ਉਹ ਇੱਕ ਹੈ, ਉਹ ਸੱਤ ਹੈ। ਸੱਤ ਦਾ ਭਾਵ ਸਦਾ ਰਹਿਣ ਵਾਲਾ ਹੈ ਔਰ ਉਹ ਸੱਤ ਨਾਮ ਹੈ। ਜੇ ਉਸਨੂੰ ਅਸੀਂ ਕੋਈ ਨਾਮ ਧਰ ਕੇ ਜਾਂ ਉਸਦਾ ਜੋ ਵੀ ਨਾਮ ਅਸੀਂ ਆਪਣੇ ਹਿਰਦੇ 'ਚ ਵਸਾ ਲਿਆ, ਉਸ ਨੂੰ ਜਦੋਂ ਅਸੀਂ ਸਿਮਰਨ ਕਰਾਂਗੇ, ਉਸਨੂੰ ਅਸੀਂ ਚੇਤੇ ਕਰਾਂਗੇ, ਤੇ ਉਹ ਸੱਤ ਸਰੂਪ ਹੋ ਜਾਂਦਾ ਹੈ, ਉਸਦਾ ਨਾਮ ਵੀ ਸੱਤ ਹੋ ਜਾਂਦਾ ਹੈ, ਉਹ ਆਪ ਵੀ ਸੱਤ ਹੈ, ਉਸ ਦੇ ਨਾਮ ਜਪਣ ਵਾਲਾ ਵੀ ਸੱਤ ਹੋ ਜਾਂਦਾ ਹੈ। ਕਰਤਾ ਪੁਰਖ, ਉਹ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾਰ ਹੈ, ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਸਾਜਨ ਹਾਰਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਵਿਨਾਸ਼ਣ ਵਾਲਾ ਵੀ ਹੈ। ਉਹ ਪੁਰਖ ਸਰੂਪ ਹੈ। ਜਿਸ ਤਰ੍ਹਾਂ ਇਸ ਮਨੁੱਖ ਦਾ ਜੀਵਨ ਸਰੂਪ ਹੈ, ਇਸੇ ਸਰੂਪ ਦਾ ਵੀ ਅਕਾਲ ਪੁਰਖ ਵੀ ਪਰਮ ਪਿਤਾ ਪਰਮਾਤਮਾ ਦਾ ਸਰੂਪ ਜੋ ਹੈ ਉਹ ਪੁਰਖ ਸਰੂਪ ਹੈ, ਔਰ ਉਸੇ ਪੁਰਖ ਸਰੂਪ ਦੇ ਆਧਾਰਿਤ ਇਹ ਮਨੁੱਖ ਦਾ ਜੀਵਨ ਜਿਹੜਾ ਹੈ, ਇਹ ਮਨੁੱਖ ਦਾ ਜਿਹੜਾ ਆਕਾਰ ਹੈ, ਇਹ ਉਸ ਪਰਮ ਪਿਤਾ ਪਰਮਾਤਮਾ ਨੇ ਸਥਾਪਿਤ ਕੀਤਾ ਹੈ। ਉਹ ਕਰਤਾ ਪੁਰਖ ਹੈ, ਜਿੱਥੇ ਜੀਵਾਂ ਨੂੰ ਕਰਦਾ ਹੈ, ਸ੍ਰਿਸ਼ਟੀ ਨੂੰ ਕਰਦਾ ਹੈ, ਉੱਥੇ ਉਹਨਾਂ ਨੂੰ ਪਾਲਦਾ ਵੀ ਹੈ ਔਰ ਵਿਨਾਸ਼ਦਾ ਵੀ ਹੈ। ਉਹ ਨਿਰਭਉ ਹੈ, ਕਿਸੇ ਵੀ ਸੰਸਾਰ ਦੇ ਵਿੱਚ ਕਿਸੇ ਵੀ ਵੱਡੇ ਦਾ, ਵਡੇਰੇ ਦਾ, ਕਿਸੇ ਵੀ ਬਲਵਾਨ ਦਾ, ਕਿਸੇ ਵੀ ਤਾਕਤਵਰ ਦਾ ਉਹ ਭੈ ਨਹੀਂ ਮੰਨਦਾ। ਉਹ ਸਦਾ ਨਿਰਭਉ ਹੈ, ਉਸਨੂੰ ਕਿਸੇ ਦਾ ਵੀ ਭਉ ਨਹੀਂ ਹੈ ਔਰ ਨਾ ਉਹ ਕਿਸੇ ਨੂੰ ਆਪਣਾ ਭਉ ਦਿੰਦਾ ਹੈ। ਐਸਾ ਨਿਰਮਲ ਹੈ ਕਿ ਉਹ ਕਿਸੇ ਨੂੰ ਆਪਣਾ ਭੈ ਨਹੀਂ ਦਿੰਦਾ, ਕਿਸੇ ਨੂੰ ਆਪਣਾ ਡਰਾਵਾ ਨਹੀਂ ਦਿੰਦਾ। ਉਹ ਨਿਰਵੈਰ ਵੀ ਹੈ, ਗੁਰੂ ਸਾਹਿਬ ਕਹਿੰਦੇ ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਸੱਚ ਦੀ ਗੱਲ ਕਰਦਾ ਹੈ, ਸਦਾ ਸੱਚ ਦੀ ਗੱਲ ਕਰਦਾ ਹੈ, ਸਦਾ ਸੱਤ ਦੀ ਗੱਲ ਕਰਦਾ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਸਦਾ ਉਪਕਾਰ ਕਰਦਾ ਹੈ, ਸਦਾ ਦਇਆ ਕਰਦਾ ਹੈ, ਸਦਾ ਕਿਰਪਾ ਦ੍ਰਿਸ਼ਟੀ ਕਰਦਾ ਹੈ, ਸਦਾ ਦਿਆਲਤਾ ਕਰਦਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ ਔਰ ਉਸਦਾ ਕੋਈ ਵੈਰੀ ਨਹੀਂ ਹੈ, ਉਸ ਨਾਲ ਕੋਈ ਵੈਰ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਇੰਨਾ ਬਲਵਾਨ ਹੈ ਕਿ ਉਸਦੇ ਬਰਾਬਰ ਕੋਈ ਵੀ ਨਹੀਂ ਹੈ, ਇਸ ਕਰਕੇ ਉਸ ਨਾਲ ਕੋਈ ਵੈਰ ਨਹੀਂ ਕਰ ਸਕਦਾ। ਜੋ ਕੋਈ ਉਸ ਨਾਲ ਵੈਰ ਕਰਦੇ ਆ, ਉਹ ਮੂੰਹ ਦੀ ਖਾਂਦੇ ਆ ਔਰ ਉਹਨਾਂ ਨੂੰ ਨਰਕ ਲੱਗ ਜਾਂਦੇ ਆ। ਉਹ ਪਰਮ ਪਿਤਾ ਪਰਮਾਤਮਾ, ਕਿਉਂਕਿ ਉਹ ਅਕਾਲ ਪੁਰਖ ਹੈ, ਇਸ ਕਰਕੇ ਕਿਸੇ ਦਾ ਵੈਰ ਉਸ ਨੂੰ ਕੋਈ ਪੋਹ ਨਹੀਂ ਸਕਦਾ। ਕਿਸੇ ਵੀ ਵੈਰੀ ਕੋਈ ਵੈਰ ਪਰਮਾਤਮਾ ਨਾਲ ਕਰੇ ਤੇ ਉਸ ਤੇ ਉਸਦਾ ਕੋਈ ਅਸਰ ਨਹੀਂ ਹੁੰਦਾ, ਇਸ ਕਰਕੇ ਉਹ ਨਿਰਵੈਰ ਹੈ। ਗੁਰੂ ਸਾਹਿਬ ਅੱਗੇ ਕਹਿੰਦੇ ਆ ਉਹ ਅਕਾਲ ਪੁਰਖ ਵੀ ਆ। ਅਕਾਲ ਦਾ ਅਰਥ ਹੈ ਐ ਕਾਲ, ਕਾਲ ਦਾ ਅਰਥ ਹੈ ਮ੍ਰਿਤੂ, ਕਾਲ ਦਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਬੰਦਸ਼, ਕਾਲ ਦਾ ਅਰਥ ਹੈ ਜਮ ਦੀ ਨਰਕ ਦੀ ਅਵਸਥਾ। ਕਾਲ ਇਹਨਾਂ ਅਵਸਥਾਵਾਂ ਦੇ ਵਿੱਚ ਵਰਤਦਾ ਹੈ ਔਰ ਉਹ ਪਰਮ ਪਿਤਾ ਪਰਮਾਤਮਾ ਇਹਨਾਂ ਅਵਸਥਾਵਾਂ ਦੇ ਵਿੱਚ ਨਹੀਂ ਹੈ, ਉਹਨਾਂ ਤੇ ਨਾ ਜਨਮ
ਦੀ ਅਵਸਥਾ ਵਰਤਦੀ ਹੈ, ਨਾ ਮਰਨ ਦੀ ਅਵਸਥਾ ਵਰਤਦੀ ਹੈ, ਨਾ ਜੋਨੀ ਕਿਸੇ ਦੀ ਅਵਸਥਾ ਵਰਤਦੀ ਹੈ, ਨਾ ਉਸਨੂੰ ਕੋਈ ਮ੍ਰਿਤੂ ਲੱਗਦੀ ਹੈ। ਉਹ ਸਦਾ ਇੱਕ ਸੰਸਾਰ ਰਹਿੰਦਾ ਹੈ, ਸਦਾ ਸੱਚ ਹੈ, ਸਦਾ ਰਹਿਣ ਵਾਲਾ ਹੈ, ਸਿਰ ਹੈ, ਆਦਿ ਅੰਤ ਸਦਾ ਇੱਕੋ ਅਵਤਾਰਾ, ਉਸਦਾ ਇੱਕੋ ਹੀ ਸਰੂਪ ਹੈ। ਇਸ ਕਰਕੇ ਉਹ ਅਕਾਲ ਹੈ, ਉਹ ਕਾਲ ਤੋਂ ਰਹਿਤ ਹੈ। ਮੂਰਤ, ਮੂਰਤ ਭਾਵ ਇੱਕ ਐਸਾ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਔਰ ਉਹ ਮਿਟਦਾ ਨਹੀਂ ਗਾ, ਉਹ ਸਦਾ ਰਹਿਣ ਵਾਲਾ ਹੈ, ਉਹ ਹਮੇਸ਼ਾ ਇੱਕ ਸੰਸਾਰ ਜੋਤ ਹੈ, ਨਾ ਘਟਦੀ ਹੈ ਨਾ ਵੱਧਦੀ ਹੈ। ਉਸ 'ਤੇ ਕਿਸੇ ਵੀ ਕਿਸਮ ਦਾ, ਕਿਸੇ ਵੀ ਵੱਡੇ ਵਡੇਰੇ ਦਾ ਜ਼ੋਰ ਨਹੀਂ ਚੱਲਦਾ, ਕਿਸੇ ਦਾ ਵੈਰ ਨਹੀਂ ਚੱਲਦਾ, ਕਿਸੇ ਦਾ ਭਾਉ ਨਹੀਂ ਚੱਲਦਾ, ਕਿਸੇ ਦੀ ਮ੍ਰਿਤੂ ਦਾ ਭੈਅ ਨਹੀਂ ਚੱਲਦਾ। ਉਹ ਇਸ ਕਰਕੇ ਅਕਾਲ ਮੂਰਤ ਹੈ। ਅਯੂਨੀ ਸੈਫੰਗ, ਅਯੂਨੀ, ਅਯੂਨੀ ਦਾ ਮਤਲਬ ਹੈ ਐ ਜੂਨੀ, ਜੂਨੀ ਭਾਵ ਆਕਾਰਾਂ ਦੇ ਵਿੱਚ ਜੋ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੇ ਵਿੱਚ 84 ਲੱਖ ਜੂਨੀਆਂ ਬਣਾਈਆਂ, ਉਹਨਾਂ ਜੂਨੀਆਂ ਦੇ ਜੋ ਆਕਾਰ ਹੈ ਉਹਨਾਂ ਨੂੰ ਕਹਿੰਦੇ ਆ ਜੂਨੀ। ਤੇ ਇਹ ਪਰਮਪਿਤਾ ਪਰਮਾਤਮਾ ਜਿਹੜਾ ਹੈ ਇਹਨਾਂ ਜੂਨੀਆਂ ਤੋਂ ਵੀ ਰਹਿਤ ਹੈ, ਐ ਜੂਨੀ, ਜੂਨੀਆਂ ਤੋਂ ਰਹਿਤ ਹੈ। ਇਸ ਪਰਮਪਿਤਾ ਪਰਮਾਤਮਾ ਦਾ ਕੋਈ ਐਸਾ ਸਰੂਪ ਨਹੀਂ ਹੈ ਜਿਹੜਾ ਜੂਨੀ ਦੇ ਵਿੱਚ ਆਵੇ, ਉਹ ਕਦੇ ਜੰਮਦਾ ਨਹੀਂ ਹੈ, ਕੋਈ ਮਰਦਾ ਨਹੀਂ ਹੈ, ਕੋਈ ਸਰੂਪ ਪਰਮਪਿਤਾ ਪਰਮਾਤਮਾ ਦਾ ਇੱਕ ਹੀ ਸਰੂਪ ਹੈ, ਸੰਸਾਰ ਜੋਤ, ਪ੍ਰਕਾਸ਼ ਸਰੂਪ, ਸ਼ਬਦ ਸਰੂਪ, ਜਿਹੜਾ ਕਿ ਨਾ ਜੰਮਦਾ ਹੈ ਨਾ ਮਰਦਾ ਹੈ, ਸਦਾ ਸਥਿਰ ਰਹਿੰਦਾ ਹੈ, ਸਦਾ ਸੱਤ ਹੈ, ਸਦਾ ਰਹਿਣ ਵਾਲਾ ਹੈ, ਅਵਿਨਾਸ਼ੀ ਹੈ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਉਹਨੂੰ ਕੋਈ ਜੂਨੀਆਂ ਦਾ ਅਸਰ ਨਹੀਂ ਹੁੰਦਾ, ਉਹ ਕਦੇ ਜੂਨੀਆਂ ਦੇ ਵਿੱਚ ਨਹੀਂ ਆਉਂਦਾ, ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਨਾ ਉਹ ਰੰਗ ਰੂਪ ਦੇ ਵਿੱਚ ਹੈ, ਨਾ ਰੇਖ ਦੇ ਵਿੱਚ ਹੈ, ਨਾ ਭੇਖ ਦੇ ਵਿੱਚ ਹੈ, ਉਹ ਤ੍ਰੈ ਗੁਣ ਤੋਂ ਭਿੰਨ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਉਹ ਅਜੂਨੀ ਹੈ, ਆਕਾਰ ਦੇ ਵਿੱਚ ਨਹੀਂ ਆਉਂਦਾ, ਦੇਖਣ ਦੇ ਵਿੱਚ ਨਹੀਂ ਆਉਂਦਾ। ਸਹਿਭੰਗ, ਸਹਿਭੰਗ ਦਾ ਅਰਥ ਹੈ ਕਿ ਆਪਣੇ ਆਪ ਤੋਂ ਸਥਾਪਿਤ ਹੋਣਾ, ਸਹਿ ਆਪ ਆਪਣੇ ਆਪ ਤੋਂ ਸਥਾਪਿਤ, ਉਹਨੂੰ ਕਿਸੇ ਨੇ ਥਾਪਿਆ ਨਹੀਂ ਹੈ, ਕਿਸੇ ਨੇ ਸਥਾਪਿਤ ਨਹੀਂ ਕੀਤਾ, ਕਿਸੇ ਨੇ ਬਣਾਇਆ ਨਹੀਂ ਹੈ, ਕਿਸੇ ਨੇ ਪੈਦਾ ਨਹੀਂ ਹੈ ਕੀਤਾ, ਉਹ ਆਪਣੇ ਆਪ ਦੇ ਵਿੱਚ ਆਪ ਹੀ ਸਥਾਪਿਤ ਹੈ। ਗੁਰੂ ਸਾਹਿਬ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਉਹ ਸਾਰੇ ਸੰਸਾਰ ਦੇ ਜੀਵਾਂ ਨੂੰ ਸਥਾਪਿਤ ਕਰਕੇ, ਆਕਾਰ ਦੇ ਕੇ, ਪੈਦਾ ਕਰਕੇ ਪਾਲਦਾ ਹੈ, ਪਾਲ ਕੇ ਉਹਨਾਂ ਦੀ ਵਿਨਾਸ਼ਨਾ ਵੀ ਕਰਦਾ ਹੈ, ਭਾਵ ਭੰਗ ਵੀ ਕਰਦਾ ਹੈ, ਉਹਨਾਂ ਨੂੰ ਸਹਿ ਨੂੰ ਸਾਰਿਆਂ ਨੂੰ ਭੰਗ ਕਰਨ ਵਾਲਾ ਹੈ। ਉਹ ਪਰਮਪਿਤਾ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਜਿੱਥੇ ਪੈਦਾ ਕਰਦਾ ਹੈ ਉੱਥੇ ਪਾਲਦਾ ਵੀ ਹੈ, ਔਰ ਉੱਥੇ ਉਹ ਸਾਰੀ ਸ੍ਰਿਸ਼ਟੀ ਦਾ ਵਿਨਾਸ਼ ਕਰਨ ਦੀ ਵੀ ਸਕਸ਼ਮਤਾ, ਪੂਰਨਤਾ ਰੱਖਦਾ ਹੈ ਉਹ ਪਰਮਪਿਤਾ ਪਰਮਾਤਮਾ। ਔਰ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਗੁਰਪ੍ਰਸਾਦ, ਇਹ ਪਰਮਪਿਤਾ ਪਰਮਾਤਮਾ ਨੂੰ ਅਗਰ ਕਿਸੇ ਨੇ ਦਰਸ਼ਨ ਕਰਨੇ ਹੋਣ, ਕਿਸੇ ਨੇ ਪ੍ਰਾਪਤ ਕਰਨਾ ਹੋਵੇ, ਕਿਸੇ ਨੇ ਇਸ ਪਰਮਪਿਤਾ ਪਰਮਾਤਮਾ ਦੀ ਜੋਤ ਦੇ ਦਰਸਦਾਰੇ ਕਰਨੇ ਹੋਣ, ਇਸ ਨਾਲ ਮਿਲਣਾ ਹੋਵੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਗੁਰੂ ਦੇ ਪ੍ਰਸਾਦ ਦੁਆਰਾ ਮਿਲ ਸਕਦਾ ਹੈ। ਔਰ ਇਹ ਜੋ ਗੁਰੂ ਸਾਹਿਬ ਨੇ ਸਾਨੂੰ ਅੱਗੇ ਇਸ ਅਲੰਕਾਰ ਦੇ ਵਿੱਚ ਜੋ ਸਿਫਤਾਂ ਪਰਮਪਿਤਾ ਪਰਮਾਤਮਾ ਦੀਆਂ ਦੱਸੀਆਂ ਹੈ, ਗੁਰੂ ਸਾਹਿਬ ਕਹਿੰਦੇ ਇਹ ਭਾਈ ਗੁਰੂ ਦਾ ਪ੍ਰਸਾਦ ਹੈ ਉਸ ਪਰਮਪਿਤਾ ਪਰਮਾਤਮਾ ਵੱਲੋਂ, ਜਿਹੜੇ ਇਸ ਨੂੰ ਗ੍ਰਹਿਣ ਕਰ ਲੈਣਗੇ ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਉਸ ਪਰਮਪਿਤਾ ਪਰਮਾਤਮਾ ਦੇ ਇਸ ਨਾਮ ਸਿਮਰਨ ਦੀ ਸਦਾ ਵਜ੍ਹਾ ਕਰਕੇ, ਇਸ ਪ੍ਰਸਾਦ ਦੇ ਸਿਮਰਨ ਦੀ ਵਜ੍ਹਾ ਕਰਕੇ, ਇਸ ਪ੍ਰਸਾਦ ਦੇ ਛਕਣ ਦੀ, ਰਸਨਾ ਤੇ ਰੱਖਣ ਦੀ ਵਜ੍ਹਾ ਕਰਕੇ ਉਸ ਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਜਾਏਗੀ। ਜੋ ਗੁਣ ਉਸ ਪਰਮ ਪਿਤਾ ਪਰਮਾਤਮਾ ਦੇ ਹੈ, ਉਸ ਗੁਰਮੁਖ ਪਿਆਰੇ ਨੂੰ ਜਿਸ ਦੇ ਅੰਤਰ ਹਿਰਦੇ ਦੇ ਵਿੱਚ ਇਹ ਪ੍ਰਸਾਦ ਦਾ ਰਸਨਾ ਦੇ ਉੱਤੇ ਰਸ ਪ੍ਰਾਪਤ ਹੋ ਜਾਏਗਾ, ਅੰਤਰ ਹਿਰਦੇ ਦੇ ਵਿੱਚ ਰਸ ਪ੍ਰਾਪਤ ਹੋ ਜਾਏਗਾ, ਉਸ ਨੂੰ ਉਸ ਪਰਮ ਪਿਤਾ ਪਰਮਾਤਮਾ ਵਾਲੇ ਗੁਣ ਜਿਹੜੇ ਹੈ ਸਾਰੇ ਉਹ ਪ੍ਰਾਪਤ ਹੋ ਜਾਣਗੇ, ਉਹ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੋ ਜਾਵੇਗਾ। ਪਰਮਪਿਤਾ ਪਰਮਾਤਮਾ ਜਿਹਾ ਗੁਣਾਂ ਦਾ ਧਾਰਨੀ ਹੋ ਜਾਏਗਾ, ਪਰਮਪਿਤਾ ਪਰਮਾਤਮਾ ਦਾ ਸਰੂਪ ਹੋ ਕੇ ਪਰਮਪਿਤਾ ਪਰਮਾਤਮਾ ਦੇ ਵਿੱਚ ਵਲੀਨ ਹੋ ਜਾਏਗਾ। ਐਸੀ ਇਸ ਗੁਰੂ ਸਾਹਿਬ ਸਾਨੂੰ ਗੁਰੂ ਦੇ ਪ੍ਰਸਾਦ ਦੁਆਰਾ ਇਹ ਬਖਸ਼ਿਸ਼ ਕਰਦੇ ਹੈ। ਅੱਗੇ ਹੁਣ ਗੁਰੂ ਸਾਹਿਬ ਆਪਣਾ ਸ਼ਬਦ 66 ਰਾਗ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਨੂੰ ਉਚਾਰਨ ਕੀਤਾ ਹੈ ਉਸ ਦੀ ਸ਼ੁਰੂਆਤ ਕਰਦੇ ਹੈ। 68 ਮਹੱਲਾ 1 ਸਹਿਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 68 ਰਾਗ ਦੇ ਵਿੱਚ। ਘਰ ਪਹਿਲਾ, ਇਹ 4 ਪਦਿਆਂ ਦੇ ਵਿੱਚ ਇਹ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤਾ, ਔਰ ਗੁਰੂ ਸਾਹਿਬ ਸਾਨੂੰ ਅੱਗੇ ਬਖਸ਼ਿਸ਼ ਕਰ ਰਹੇ ਹੈ ਕਿ ਕਹਿੰਦੇ ਆ ਸਭਨਾ ਮਰਨਾ ਆਇਆ ਵਿਛੋੜਾ ਸਭਨਾਹ
ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾਹ। ਇਸ ਸੰਸਾਰ ਦੇ ਵਿੱਚ ਜਿੰਨੇ ਵੀ ਮਨੁੱਸ਼, ਜਿੰਨੇ ਵੀ ਜੀਵ, ਜਿੰਨੇ ਵੀ ਜੀਵ ਪ੍ਰਜਾਤੀ, ਭਾਵ ਜੀਵ ਮਨੁੱਸ਼ ਜਾਤੀ ਵੀ ਜੀਵ ਹੈ, ਪਸ਼ੂ ਵੀ ਜੀਵ ਹੈ, ਪਕਸ਼ੀ ਵੀ ਜੀਵ ਹੈ, ਕੀਟ ਪਤੰਗੇ ਵੀ ਜੀਵ ਹੈ, ਪੇੜ ਪੌਦੇ ਵੀ ਜੀਵ ਹੈ, ਦਰਿਆ ਨਦੀਆਂ ਨਾਲੇ ਵੀ ਜੀਵ ਹੈ, ਪੇੜ ਪਰਬਤ ਜਿਹੜੇ ਹੈ ਉਹ ਵੀ ਸਾਰੇ ਜੀਵ ਹੈ। ਗੁਰੂ ਸਾਹਿਬ ਕਹਿੰਦੇ ਆ ਵੀ ਸਾਰਿਆਂ ਨੂੰ ਮਰਨਾ ਲੱਗਿਆ ਹੋਇਆ, ਜੋ ਜਨਮ ਲੈਂਦਾ ਹੈ ਜੀਵ ਇਸ ਸੰਸਾਰ ਦੇ ਉੱਤੇ ਉਸ ਨੂੰ ਇੱਕ ਨਾ ਇੱਕ ਦਿਨ ਮਰਨਾ ਪੈਂਦਾ ਹੈ। ਇਹ ਬਣਿਆ ਆਇਆ ਹੈ, ਇਹ ਚੱਲਣ ਚੱਲ ਰਿਹਾ ਸੰਸਾਰ ਦਾ। ਜਦੋਂ ਤੋਂ ਸੰਸਾਰ ਦੀ ਸ੍ਰਿਸ਼ਟੀ ਪੈਦਾ ਹੋਈ ਹੈ, ਸਤਯੁਗ ਦੁਆਪਰ, ਸਤਯੁਗ ਤ੍ਰੇਤਾ ਦੁਆਪਰ, ਕਲਯੁਗ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦੇ ਕਿੰਨੇ ਕੁ ਇਹ ਯੁੱਗ ਬੀਤ ਗਏ ਹੈ, ਔਰ ਇਹ ਇਸ ਤਰ੍ਹਾਂ ਹੀ ਚੱਲ ਰਿਹਾ ਕਿ ਜੋ ਜੀਵ ਇਸ ਸੰਸਾਰ ਦੇ ਉੱਤਰਦਾ ਉਸ ਨੂੰ ਮ੍ਰਿਤੂ ਜ਼ਰੂਰ ਲੱਗੇਗੀ, ਉਸ ਨੂੰ ਇੱਕ ਦਿਨ ਮਰਨਾ ਜ਼ਰੂਰ ਪਵੇਗਾ, ਇਹ ਦੇਹ ਤਿਆਗਣੀ ਪਵੇਗੀ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਸਾਰੇ ਸੰਸਾਰ ਦੇ ਜਿੰਨੇ ਵੀ ਜੀਵ ਹੈ ਇਹਨਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਵੱਲੋਂ ਵਿਛੋੜਾ ਪ੍ਰਾਪਤ ਹੋਇਆ ਹੈ। ਉਸ ਪਰਮ ਪਿਤਾ ਪਰਮਾਤਮਾ ਨੇ ਆਪਣੇ ਅੰਸ਼ ਤੋਂ ਇਹ ਜੋਤ ਮਨੁੱਖਾ ਦੇਹੀ ਵਿੱਚ ਪਾ ਕੇ ਰੱਖ ਕੇ ਇਹ ਗੁਫਾ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਜਦੋਂ ਇਸ ਨੂੰ ਮਨੁੱਖਾ ਜੀਵਨ ਦਿੱਤਾ, ਇਸ ਜੀਵ ਆਤਮਾ ਨੂੰ, ਤੇ ਉਦੋਂ ਇਹ ਸੰਸਾਰ ਦੇ ਉੱਤੇ ਭੇਜ ਦਿੱਤਾ ਆਪਣੇ ਤੋਂ ਵੱਖ ਕਰਕੇ, ਔਰ ਮਾਇਆ ਦਾ ਪਰਦਾ ਲਾ ਕੇ ਕਿ ਜੇ ਤੂੰ ਮੇਰਾ ਨਾਮ ਸਿਮਰਨ ਕਰੇਂਗੀ ਤੇ ਇਹ ਵਿਛੋੜਾ ਤੇਰਾ ਜਿਹੜਾ ਹੈ ਖਤਮ ਹੋ ਜਾਏਗਾ, ਜਦੋਂ ਤੂੰ ਮੈਨੂੰ ਆਵਾਜ਼ਾਂ ਮਾਰੇਂਗੀ, ਜਦੋਂ ਤੂੰ ਮੈਨੂੰ ਯਾਦ ਕਰੇਂਗੀ ਉਦੋਂ ਮੈਂ ਆਪਣੇ ਆਪ ਤੈਨੂੰ ਆ ਕੇ ਮਿਲ ਲਵਾਂਗਾ। ਇਹ ਵਿਛੋੜਾ ਜਿਹੜਾ ਹੈ ਪਰਮ ਪਿਤਾ ਪਰਮਾਤਮਾ ਨੇ ਇਸ ਜੀਵ ਆਤਮਾ ਨੂੰ ਸਾਰਿਆਂ ਨੂੰ ਲਾਇਆ ਹੋਇਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਇਹਨਾਂ ਜੀਵ ਆਤਮਾ ਨੂੰ ਮਿਲਣ ਫਿਰ ਕਿਵੇਂ ਹੁੰਦਾ? ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾਹ। ਤੇ ਗੁਰੂ ਸਾਹਿਬ ਕਹਿੰਦੇ ਆ ਅਗਰ ਕਿਸੇ ਨੇ ਭਾਈ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਨਾ, ਤੇ ਜਾ ਕੇ ਸਿਆਣਿਆਂ ਕੋਲੋਂ, ਸਿਆਣੇ ਕੌਣ ਹੁੰਦੇ ਆ? ਸਿਆਣੇ ਉਹ ਹੁੰਦੇ ਆ ਜਿਨ੍ਹਾਂ ਨੇ ਰਾਹ ਦੇਖਿਆ ਹੋਇਆ, ਜਿਨ੍ਹਾਂ ਨੇ ਪਹਿਲਾਂ ਰਾਹ ਦੀ ਪਛਾਣ ਕੀਤੀ ਹੋਈ ਹੈ, ਜਿਨ੍ਹਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੀ ਪਹਿਲਾਂ ਪਛਾਣ ਕੀਤੀ ਹੋਈ ਹੈ, ਉਹਨਾਂ ਨੂੰ ਜਾਣਿਆ ਹੈ, ਸਿਆਣਿਆ ਹੋਇਆ ਹੈ, ਉਹਨਾਂ ਨੂੰ ਕਹਿੰਦੇ ਆ ਸਿਆਣੇ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹਨਾਂ ਕੋਲ ਜਾ ਕੇ ਪੁੱਛੋ ਤੁਸੀਂ ਵੀ ਅੱਗੇ ਜਾ ਕੇ ਦਰਗਾਹ ਦੇ ਵਿੱਚ ਪਰਮ ਪਿਤਾ ਪਰਮਾਤਮਾ ਦੇ ਦੁਆਰੇ ਦੇ ਉੱਤੇ ਕਿੰਨਾ ਨੂੰ ਮਿਲਣ ਹੁੰਦਾ ਹੈ ਇਸ ਪਰਮ ਪਿਤਾ ਪਰਮਾਤਮਾ ਨਾਲ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾਹ। ਆਗੇ ਕਿੰਨਾ ਨੂੰ ਮਿਲਦਾ ਹੈ ਉਹ ਪਰਮ ਪਿਤਾ ਪਰਮਾਤਮਾ? ਭਾਈ ਇਹ ਸੰਸਾਰ ਦੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਨੂੰ ਦਰਸ ਲਿਆ, ਕਰ ਲਿਆ ਹੈ, ਪਰਮਾਤਮਾ ਨੂੰ ਜਾਣ ਲਿਆ ਹੈ, ਪਰਮਾਤਮਾ ਨੂੰ ਸਿਆਣ ਲਿਆ ਹੈ, ਪਰਮਾਤਮਾ ਨਾਲ ਮਿਲਣ ਕਰ ਲਿਆ, ਉਹਨਾਂ ਨੂੰ ਜਾ ਕੇ ਪੁੱਛੋ, ਵਿਵੇਕ ਬੁੱਧ ਵਾਲਿਆਂ ਨੂੰ ਪੁੱਛੋ ਭਾਈ। ਗੁਰੂ ਸਾਹਿਬ ਕਹਿੰਦੇ ਅੱਗੇ ਕਹਿੰਦੇ ਆ, ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ। ਗੁਰੂ ਸਾਹਿਬ ਕਹਿੰਦੇ ਆ ਵੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਪਰਮਾਤਮਾ ਦੀ ਯਾਦ ਰਹਿੰਦੀ ਹੈ, ਚੇਤਨਾ ਰਹਿੰਦੀ ਹੈ, ਪਰਮਾਤਮਾ ਦੇ ਚਰਨਾਂ 'ਚ ਉਹਨਾਂ ਦੀ ਸੁਰਤੀ ਜੁੜੀ ਹੁੰਦੀ ਹੈ, ਉਹ ਗੁਰਮੁਖ ਪਿਆਰੇ ਤਾਂ ਪਰਮਾਤਮਾ ਨਾਲ ਜੁੜੇ ਰਹਿੰਦੇ ਹੈ, ਉਹਨਾਂ ਨੂੰ ਦੁੱਖ ਨਹੀਂ ਲੱਗਦਾ, ਉਹਨਾਂ ਦਾ ਕਸ਼ਟ ਜਿਹੜਾ ਹੈ ਪਰਮਾਤਮਾ ਸਦਾ ਹੀ ਦੂਰ ਕਰੀ ਰੱਖਦਾ ਹੈ। ਪਰ ਜਿਹੜੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਮੇਰਾ ਸਾਹਿਬ, ਮੇਰਾ ਪਰਮ ਪਿਤਾ ਪਰਮਾਤਮਾ, ਉਹ ਸ੍ਰਿਸ਼ਟੀ ਦਾ ਮਾਲਕ ਜਿਹੜਾ ਹੈ, ਇੱਕ ਓਂਕਾਰ, ਉਹ ਵਾਹਿਗੁਰੂ, ਉਹ ਪਰਬ੍ਰਹਮ ਪਰਮੇਸ਼ਰ ਜਿਹੜਾ, ਜਿਨ੍ਹਾਂ ਨੇ ਭੁਲਾਰ ਰੱਖਿਆ ਹੈ ਔਰ ਮਾਇਆ ਦੇ ਖੇਲ ਦੇ ਵਿੱਚ ਖੇਲਦੇ ਹੋਏ, ਉਹ ਮਾਇਆ ਦੇ ਰੰਗਾਂ ਦੇ ਵਿੱਚ ਮਸਤ ਹੈ, ਬੜੇ ਕਮਾਈਆਂ ਕਰਦੇ ਹੈ, ਬੜੇ ਉਲਟਾ ਫੋਹਾਂ ਕਰਦੇ ਹੈ, ਬੜੀਆਂ ਐਸ਼ਾ ਰਾਮਾ ਝੂਰ ਦਾ ਧਨ ਇਕੱਠਾ ਕਰਕੇ, ਕੂੜ ਬੋਲ ਕੇ ਇਕੱਠਾ ਕਰਦੇ ਆ, ਔਰ ਪੁੱਤਰਾਂ ਪੋਤਿਆਂ ਨੂੰ ਲਿਆ ਕੇ ਘਰ ਦੇ ਵਿੱਚ ਖਵਾਉਂਦੇ ਹੈ, ਉਹਨਾਂ ਨੂੰ ਮਾਇਆ ਨਾਲ ਤਾਂ ਬੜਾ ਪਿਆਰ ਲੱਗਿਆ ਹੋਇਆ, ਪਰ ਪਰਮਾਤਮਾ ਉਹਨਾਂ ਨੇ ਵਿਸਾਰਿਆ ਹੋਇਆ, ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਹਨਾਂ ਨੂੰ ਵੇਦਨ ਜਿਹੜੀ ਹੈ ਨਾ, ਵੇਦਨ ਕਹਿੰਦੇ ਆ ਤਸੀਹੇ, ਵੇਦਨ ਕਹਿੰਦੇ ਆ ਕਸ਼ਟ ਨੂੰ, ਵੇਦਨ ਕਹਿੰਦੇ ਆ ਅੰਦਰ ਦੇ ਹਿਰਦੇ ਦੀ ਟੀਸ ਨੂੰ, ਉਹਨਾਂ ਨੂੰ ਭਾਈ ਬਹੁਤ ਵੱਡੀ ਟੀਸ ਲੱਗੀ ਹੋਈ ਹੈ, ਇੱਕ ਐਸਾ ਦੁੱਖ ਲੱਗਿਆ ਹੋਇਆ ਕਿ ਉਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ, ਇਸ ਕਰਕੇ ਉਹ ਤੜਫਦੀਆਂ ਰਹਿੰਦੀਆਂ ਪਰਮਾਤਮਾ ਦੇ ਮਿਲਣ ਦੇ ਵਿੱਚ, ਮਾਇਆ ਦੇ ਖੇਲ ਖੇਲਦੀਆਂ ਰਹਿੰਦੀਆਂ, ਪਰ ਉਹਨਾਂ ਨੂੰ ਐਂ ਭਰਮ ਲੱਗਿਆ ਮਾਇਆ ਦੇ ਖੇਲ ਖੇਲਦਿਆਂ ਵਿੱਚ ਵੀ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਦੇ ਪਏ ਹਾਂ, ਉਹਨਾਂ ਨੂੰ ਸਹੀ ਰਾਹ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਜਿਨ੍ਹਾਂ ਨੂੰ ਸਾਹਿਬ ਮਨ ਤੋਂ ਵਿਸਰਿਆ ਹੋਇਆ ਨਾ, ਉਹਨਾਂ ਨੂੰ ਬਹੁਤ ਵੱਡੀ ਵੇਦਨ ਲੱਗੀ ਹੋਈ ਹੈ, ਤੀਸ ਲੱਗੀ ਹੋਈ ਹੈ। ਪਰ ਗੁਰੂ ਸਾਹਿਬ ਸਾਨੂੰ ਇੱਕ ਭੇਦ ਦੀ ਗੱਲ ਦੱਸਦੇ ਆ ਕਿ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਰਹਿੰਦਿਆਂ ਹੋਇਆਂ ਵੀ ਅਗਰ ਕੋਈ ਜੀਵ ਹੈ ਤੇ ਫਿਰ ਵੀ ਉਹ ਕੀ ਕਰੇ? ਤੇ ਗੁਰੂ ਸਾਹਿਬ ਕਹਿੰਦੇ ਆ, ਪੀਸ ਲਾਹਿਓ ਸਾਚਾ ਸੋਏ
ਜਾਕੀ ਨਦਰ ਸਦਾ ਸੁਖ ਹੋਏ। ਭਾਈ ਸੰਸਾਰ ਦੇ ਲੋਕੋ, ਤੁਸੀਂ ਕਿਸੇ ਵੀ ਅਵਸਥਾ ਦੇ ਵਿੱਚ ਹੋ, ਚਾਹੇ ਦੁੱਖ ਦੇ ਵਿੱਚ ਹੋ, ਚਾਹੇ ਸੁੱਖ ਦੇ ਵਿੱਚ ਹੋ, ਚਾਹੇ ਤੁਹਾਨੂੰ ਪਰਮਾਤਮਾ ਚੇਤੇ ਹੈ ਜਾਂ ਨਹੀਂ ਵੀ ਚੇਤੇ, ਜਾਂ ਤੁਸੀਂ ਕਿਵੇਂ ਵੀ ਕਰਦੇ ਹੋ, ਤੁਸੀਂ ਕੀ ਕਰੋ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਛੱਡੋ ਨਾ, ਭੁੱਲੋ ਨਾ, ਵਿਸਰੋ ਨਾ, ਉਹਨੂੰ ਫੇਰ ਵੀ ਸਲਾਉਂਦੇ ਰਹੋ। ਅਗਰ ਤੁਸੀਂ ਦੁੱਖਾਂ ਦੇ ਵਿੱਚ ਹੋ ਤੇ ਫੇਰ ਵੀ ਸਲਾਉਂਦੇ ਰਹੋ, ਅਗਰ ਸੁੱਖਾਂ ਦੇ ਵਿੱਚ ਹੋ ਤੇ ਫੇਰ ਵੀ ਸਲਾਉਂਦੇ ਰਹੋ। ਭੀ ਸਲਾਹਿਓ ਸਾਚਾ ਸੋਏ। ਭਾਈ ਉਸ ਪਰਮ ਪਿਤਾ ਪਰਮਾਤਮਾ ਦੀ ਜਿਹੜਾ ਸੱਚਾ ਹੈ, ਉਹ ਪਰਮ ਪਿਤਾ ਪਰਮਾਤਮਾ ਜੋ ਇੱਕ ਹੈ, ਸਦਾ ਸੱਚਾ ਹੈ, ਸਦਾ ਸਥਿਰ ਹੈ, ਅਵਿਨਾਸ਼ੀ ਹੈ, ਉਸ ਦੀ ਸਿਫਤ ਸਲਾਹ ਭਾਈ ਤੁਸੀਂ ਕਰਦੇ ਰਹੋ, ਚਾਹੇ ਕੈਸੀ ਵੀ ਅਵਸਥਾ ਦੇ ਵਿੱਚ ਹੋ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਜਾ ਕੀ ਨਦਰ ਸਦਾ ਸੁੱਖ ਹੋਏ। ਜਦੋਂ ਉਸ ਦੀ ਕਿਰਪਾ ਦ੍ਰਿਸ਼ਟੀ ਦੀ ਨਜ਼ਰ ਤੁਹਾਡੇ ਤੇ ਪਏਗੀ ਨਾ, ਤੇ ਉਸ ਦੀ ਨਜ਼ਰ ਪੈਂਦਿਆਂ ਹੀ ਤੁਹਾਨੂੰ ਸਦਾ ਹੀ ਸੁੱਖ ਬਣ ਜਾਣਗੇ। ਜਦੋਂ ਤੁਸੀਂ ਵਾਰ ਵਾਰ ਉਸਦਾ ਪਰਮਾਤਮਾ ਦਾ ਨਾਮ ਸਿਮਰਨ ਕਰੋਗੇ, ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋਗੇ, ਉਦੋਂ ਉਸ ਦੀ ਕਿਰਪਾ ਦ੍ਰਿਸ਼ਟੀ ਦੀ ਨਜ਼ਰ ਜਿਹੜੀ ਹੈ ਤੁਹਾਡੇ ਤੇ ਇੱਕ ਨਾ ਇੱਕ ਦਿਨ ਜ਼ਰੂਰ ਪਵੇਗੀ, ਔਰ ਜਦੋਂ ਉਹ ਨਜ਼ਰ ਬਿਹਰਦੀ ਪਏਗੀ, ਉਦੋਂ ਤੁਹਾਡੇ ਸਾਰੇ ਦੁੱਖ ਕਸ਼ਟ ਕੱਟੇ ਜਾਣਗੇ ਔਰ ਸਾਰਾ ਹੀ ਸੁੱਖ ਬਣ ਜਾਏਗਾ। ਤੁਹਾਡੇ ਸਾਰੇ ਹੀ ਜੀਵਨ ਦੇ ਵਿੱਚ ਸੁੱਖਾਂ ਦੇ ਭੰਡਾਰ ਲੱਗ ਜਾਣਗੇ, ਤੁਹਾਨੂੰ ਪਰਮਾ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਇਹ ਗੁਰੂ ਸਾਹਿਬ ਕਹਿੰਦੇ ਆ ਭਾਈ, ਇਸ ਕਰਕੇ ਕਹਿੰਦੇ ਆ ਭਾਈ, ਉਸ ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਨਾ ਛੱਡੋ, ਉਸ ਪਰਮ ਪਿਤਾ ਪਰਮਾਤਮਾ ਨੂੰ ਜਸ ਕਰਦੇ ਰਹੋ, ਸਿਫਤ ਸਲਾਹ ਕਰਦੇ ਰਹੋ, ਉਸ ਦੀ ਵਡਿਆਈ ਕਰਦੇ ਰਹੋ, ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਸੁੱਖ ਮਿਲ ਜਾਏਗਾ। ਇਹ ਰਹਾਉ ਦੀ ਤੁੱਕ ਦੇ ਵਿੱਚ ਵਿਸ਼ੇਸ਼ ਗੁਰੂ ਸਾਹਿਬ ਤੁਹਾਨੂੰ ਨਿਵੇਦਨ ਕਰ ਰਹੇ ਆ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ, ਵੱਡਾ ਕਰ ਸਾ ਲਾਹਣਾ ਹੈਪੀ ਹੋ ਸੀ ਸੋਏ। ਤੇ ਸਲਾਉਣਾ ਕਿਵੇਂ ਹੈ ਭਾਈ, ਅਸੀਂ ਸਿਫਤ ਸਲਾਹ ਕਰਨੀ ਕਿਵੇਂ ਆ? ਹੁਣ ਗੁਰੂ ਸਾਹਿਬ ਸਾਨੂੰ ਇੱਕ ਭੇਦ ਦੀ ਗੱਲ ਦੱਸਦੇ ਆ ਭਾਈ, ਉਸ ਨੂੰ ਤੁਸੀਂ ਯਾਦ ਕਿਵੇਂ ਕਰਨਾ ਕਿ ਤੁਸੀਂ ਆਪਣੇ ਸੁਰਤੀ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਸਭ ਤੋਂ ਵੱਡਾ ਜਾਣ ਲਓ। ਤੁਸੀਂ ਇਹ ਸਮਝੋ ਕਿ ਉਹ ਸਭ ਤੋਂ ਵੱਡਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਦਾਤਾ ਹੈ, ਸਾਰੀ ਸ੍ਰਿਸ਼ਟੀ ਦੇ ਭੰਡਾਰਾਂ ਦਾ ਦੇਣ ਵਾਲਾ ਹੈ, ਸਾਰੇ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ, ਸਾਰੇ ਜੀਵਾਂ ਨੂੰ ਸੁੱਖ ਦਿੰਦਾ ਹੈ। ਇਸ ਤਰ੍ਹਾਂ ਦੇ ਜਦ ਤੁਸੀਂ ਉਸ ਵੱਡੇ ਪਰਮ ਪਿਤਾ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਓਗੇ, ਤੁਹਾਨੂੰ ਇਸ ਦਾ ਗਿਆਨ ਪ੍ਰਕਾਸ਼ ਹੋ ਜਾਏਗਾ, ਤੁਸੀਂ ਉਦੋਂ ਪਰਮ ਪਿਤਾ ਪਰਮਾਤਮਾ ਨੂੰ ਸੁਰਤੀ ਦੇ ਵਿੱਚ ਇਹ ਉਸ ਦੇ ਗੁਣਾਂ ਨੂੰ ਧਾਰਨ ਕਰਕੇ ਜਦੋਂ ਉਸਦੀ ਸਿਫਤ ਸਲਾਹ ਕਰੋਗੇ ਨਾ, ਉਦੋਂ ਉਹ ਪਰਮ ਪਿਤਾ ਪਰਮਾਤਮਾ ਤੁਹਾਡੇ ਉੱਤੇ ਬਿਹਰ ਦੀ ਕਿਰਪਾ ਕਰਨੀ ਸ਼ੁਰੂ ਕਰ ਦੇਗਾ। ਔਰ ਤੁਸੀਂ ਇਹ ਧਿਆਨ ਰੱਖਣਾ ਕਿ ਉਹ ਏਡਾ ਵੱਡਾ ਹੈ, ਹੈ ਭੀ ਹੋਸੀ ਅੱਗੇ ਵੀ ਹੋਵੇਗਾ ਸਦਾ, ਭਾਵ ਉਹ ਕੋਈ ਅੱਜ ਨਹੀਂ ਆ ਵੱਡਾ, ਉਹ ਲਗਾਤਾਰ ਹੀ ਵੱਡਾ ਰਹੇਗਾ, ਉਹ ਕਦੇ ਘਟਦਾ ਵੱਧਦਾ ਨਹੀਂ ਹੈ, ਉਹ ਵੱਡਾ ਹੀ ਵੱਡਾ ਹੈ। ਇਸ ਕਰਕੇ ਉਸਦੀ ਵਡਿਆਈ ਨੂੰ ਤੁਸੀਂ ਕਰਨਾ ਹੈ। ਉਹ ਪਰਮ ਪਿਤਾ ਪਰਮਾਤਮਾ ਅੱਜ ਵੀ ਵੱਡਾ ਹੈ, ਕੱਲ੍ਹ ਵੀ ਵੱਡਾ ਰਹੇਗਾ, ਕੱਲ੍ਹ ਵੀ ਵੱਡਾ ਸੀ, ਕਦੇ ਉਹ ਘਟੇਗਾ ਨਹੀਂ, ਕਦੇ ਛੋਟਾ ਨਹੀਂ ਹੋਏਗਾ। ਇਸ ਕਰਕੇ ਇਸ ਸਿਫਤ ਨੂੰ ਤੁਸੀਂ ਆਪਣੀ ਸੁਰਤੀ ਦੇ ਵਿੱਚ ਸਮਾ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਸਵਣਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ। ਇਹ ਧਿਆਨ ਰੱਖਣਾ ਹੈ ਆਪਣੀ ਸੁਰਤੀ ਦੇ ਵਿੱਚ ਕਿ ਉਹ ਵੱਡਾ ਕਿਸ ਤਰ੍ਹਾਂ ਦਾ ਹੈ। ਹੁਣ ਗੁਰੂ ਸਾਹਿਬ ਇਹ ਭੇਦ ਦੀ ਗੱਲ ਦੱਸਦੇ ਕਿ ਸਵਣਾ ਦਾਤਾ ਏਕ ਤੂੰ, ਸਾਰਿਆਂ ਨੂੰ ਹੇ ਪਰਮ ਪਿਤਾ ਪਰਮਾਤਮਾ ਤੂੰ ਹੀ ਦਾਨ ਦੇਣ ਵਾਲਾ ਹੈ, ਸਾਰੇ ਸੰਸਾਰ ਦਾ ਦਾਤਾ ਜਿਹੜਾ ਹੈ ਉਹ ਤੂੰ ਹੈ। ਇਹ ਵਡਿਆਈ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ, ਇਹ ਸੁਰਤੀ ਦੇ ਵਿੱਚ ਜਦੋਂ ਧਾਰਨ ਕਰ ਲਓਗੇ ਨਾ ਤੁਸੀਂ, ਤੇ ਉਦੋਂ ਸਿਫਤ ਸਲਾਹ ਕਰੋਗੇ, ਉਦੋਂ ਉਹ ਸਿਫਤ ਸਲਾਹ ਜਿਹੜੀ ਆ ਉਸ ਪਰਮ ਪਿਤਾ ਪਰਮਾਤਮਾ ਦੀ ਸੱਚੀ ਹੋਏਗੀ। ਜਦ ਤੁਹਾਡੇ ਹਿਰਦੇ ਦੇ ਵਿੱਚ ਉਸ ਦੀ ਇਹ ਵਡਿਆਈ ਦੇ ਗੁਣ ਜਿਹੜੇ ਸਮਾ ਜਾਣਗੇ, ਉਹਨਾਂ ਗੁਣਾਂ ਦੇ ਸਦਕਾ ਜਿਹੜੀ ਸਿਫਤ ਸਲਾਹ ਕਰੋਗੇ ਨਾ ਤੁਸੀਂ, ਉਹ ਪਰਮ ਪਿਤਾ ਪਰਮਾਤਮਾ ਨੂੰ ਜਾ ਕੇ ਲੱਗ ਜਾਂਦੀ ਹੈ, ਅਰਜ਼ ਮਨਜ਼ੂਰ ਹੋ ਜਾਂਦੀ ਹੈ, ਸਿਫਤ ਸਲਾਹ ਉਸ ਦੀ ਲੇਖੇ ਦੇ ਵਿੱਚ ਪੈ ਜਾਂਦੀ ਹੈ। ਤੇ ਇਸ ਕਰਕੇ ਭਾਈ ਗੁਰੂ ਸਾਹਿਬ ਕਹਿੰਦੇ, ਸਵਣਾ ਦਾਤਾ ਏਕ ਤੂੰ, ਇਹ ਵਡਿਆਈ ਕਰਦੇ ਰਹੋ, ਹੇ ਪਰਮ ਪਿਤਾ ਪਰਮਾਤਮਾ ਤੂੰ ਸਾਰਿਆਂ ਦਾ ਦਾਤਾ ਹੈ, ਸਾਰਿਆਂ ਨੂੰ ਜੀ ਦਿੰਦਾ, ਸਾਰਿਆਂ ਨੂੰ ਆਕਾਰ ਦਿੰਦਾ, ਸਾਰਿਆਂ ਨੂੰ ਪਿੰਡ ਦਿੰਦਾ, ਸਾਰਿਆਂ ਨੂੰ ਨਾਮ ਦਾਨ ਦਿੰਦਾ, ਸਾਰਿਆਂ ਨੂੰ ਦਾਤਾਂ ਦਾਨ ਦਿੰਦਾ, ਸਾਰਿਆਂ ਨੂੰ ਪਦਾਰਥ ਦਾਨ ਦਿੰਦਾ, ਸਾਰਿਆਂ ਨੂੰ ਸੁੱਖ ਦਾਨ ਦਿੰਦਾ। ਪਤਾ ਨਹੀਂ ਸਾਰੀ ਸ੍ਰਿਸ਼ਟੀ ਦੇ ਸੁੱਖ ਜਿਹੜੇ ਹੈ ਉਹ ਪਰਮ ਪਿਤਾ ਪਰਮਾਤਮਾ ਹੀ ਇੱਕ ਇਕੱਲਾ ਦਾਤਾ ਹੈ, ਹੋਰ ਕੋਈ ਦਾਤਾ ਨਹੀਂ ਇਸ ਸੰਸਾਰ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਆ, ਮਾਨਸ ਦਾਤ ਨਾ ਹੋਏ। ਜਿਹੜੀ ਦਾਤ ਪਰਮ ਪਿਤਾ ਪਰਮਾਤਮਾ ਸੰਸਾਰ ਦੇ ਜੀਵਾਂ ਨੂੰ ਦੇ ਰਿਹਾ ਹੈ ਨਾ, ਉਹ ਸੰਸਾਰ ਦਾ ਬੰਦਾ ਕਿਸੇ ਬੰਦੇ ਨੂੰ ਨਹੀਂ ਦੇ ਸਕਦਾ। ਇਸ ਕਰਕੇ ਇਹ ਧਿਆਨ ਰੱਖਣਾ ਹੈ
ਕਿ ਮਾਨਸ ਸੰਸਾਰ ਦੇ ਜਿਹੜੇ ਵੱਡੇ ਵੱਡੇ ਦਾਤੇ ਬਣੇ ਬੈਠੇ ਆ, ਉਹਨਾਂ ਦਾ ਅਹਿਸਾਨ ਨਹੀਂ ਮੰਨਣਾ ਤੁਸੀਂ, ਉਹਨਾਂ ਨੂੰ ਵੱਡਾ ਨਹੀਂ ਜਾਣਨਾ, ਉਹ ਵੱਡੇ ਨਹੀਂ ਹੈ। ਵੱਡਾ ਕੌਣ ਹੈ? ਉਹ ਪਰਮ ਪਿਤਾ ਪਰਮਾਤਮਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਾਨਸ ਦਾਤ ਨਾ ਹੋਏ, ਮਾਨਸ ਇਹੋ ਜਿਹੀ ਉਸ ਪਰਮ ਪਿਤਾ ਪਰਮਾਤਮਾ ਵਰਗੀ ਦਾਤ ਕੋਈ ਨਹੀਂ ਦੇ ਸਕਦਾ। ਅੱਗੇ ਗੁਰੂ ਸਾਹਿਬ ਕਹਿੰਦੇ ਆ ਜੋ ਤਿਸ ਭਾਵ ਹੈ ਸੋ ਥੀਐ, ਰੰਨ ਕਰੁਣੈ ਹੋਏ। ਗੁਰੂ ਸਾਹਿਬ ਕਹਿੰਦੇ ਆ ਜੋ ਤਿਸ ਭਾਵ ਹੈ ਸੋ ਥੀਐ, ਜਦੋਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ ਨਾ, ਤੇ ਜਦੋਂ ਉਹ ਸਾਡੇ ਤੇ ਖੁਸ਼ ਹੋਏਗਾ, ਜਦੋਂ ਸਾਡੇ ਤੇ ਖੁਸ਼ ਹੋਏਗਾ, ਜੋ ਉਸਦੇ ਮਨ ਚ ਸਾਡੇ ਵਾਸਤੇ ਦਾਤ ਆਏਗੀ, ਸਾਡੇ ਵਾਸਤੇ ਕਿਰਪਾ ਦ੍ਰਿਸ਼ਟੀ ਆਏਗੀ, ਸਾਡੇ ਵਾਸਤੇ ਦਿਆਲਤਾ ਆਏਗੀ, ਸਾਡੇ ਵਾਸਤੇ ਉਹ ਮਿਹਰਬਾਨ ਹੋ ਕੇ ਜੋ ਵੀ ਕੁਛ ਦੇ ਦੇਗਾ ਨਾ, ਉਹ ਸਾਨੂੰ ਪ੍ਰਾਪਤ ਹੋ ਜਾਏਗਾ। ਜੋ ਉਸਦੀ ਖੁਸ਼ੀ ਆਏਗੀ ਉਹੀ ਸਾਨੂੰ ਪ੍ਰਾਪਤ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਨਾ ਗੁਰਬਾਣੀ ਬਖਸ਼ਿਸ਼ ਕਰਦੀ ਹੈ, ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਉਹ ਪਰਮ ਪਿਤਾ ਪਰਮਾਤਮਾ ਸਤਿਗੁਰੂ ਸਰੂਪ ਜੋ ਹੈ, ਜਦੋਂ ਨਦਰ ਦੀ ਮਿਹਰ ਦੀ ਨਦਰ ਕਰੇਗਾ, ਖੁਸ਼ੀ ਦੀ ਨਦਰ ਕਰੇਗਾ, ਤੇ ਉਦੋਂ ਖੁਸ਼ੀਆਂ ਲੱਖਾਂ ਹੀ ਪਾਤਸ਼ਾਹੀਆਂ ਹੈ ਮਨੁੱਖ ਦੇ ਹਿੱਸੇ ਦੇ ਵਿੱਚ ਆ ਜਾਂਦੀਆਂ, ਗਰੀਬ ਨੂੰ ਵੀ ਰਾਜਾ ਬਣਾ ਦਿੰਦਾ। ਇਸ ਤਰ੍ਹਾਂ ਦੇ ਨਾਲ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਭਾਈ ਚਾਹੇ ਕਿਸ ਤਰ੍ਹਾਂ ਦਾ ਹੀ ਹੋਵੇ, ਗੁਰੂ ਸਾਹਿਬ ਕਹਿੰਦੇ ਆ ਕਿ ਜਿਸ ਗੁਰਮੁਖ ਪਿਆਰੇ ਦੇ ਉੱਤੇ ਪਰਮ ਪਿਤਾ ਪਰਮਾਤਮਾ ਦੀ ਮਿਹਰ ਦੀ ਨਜ਼ਰ ਪੈ ਗਈ, ਮਿਹਰ ਦੀ ਨਿਗਾਹ ਪੈ ਗਈ, ਤੇ ਉਦੋਂ ਉਹ ਚਾਹੇ ਕਿਹੋ ਜਿਹੀ ਹੈ, ਗੁਰੂ ਸਾਹਿਬ ਕਹਿੰਦੇ ਆ ਰੰਨ ਕੇ ਰੁਣੈ ਹੋਏ। ਰੁਣਾ ਕਹਿੰਦੇ ਆ ਰੋਣ ਵਾਲੇ ਨੂੰ, ਰੰਨ ਕਹਿੰਦੇ ਆ ਰੰਗਣ ਵਾਲੇ, ਰੰਗੇ ਹੋਏ ਨੂੰ, ਭਾਵ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਹੋਇਆ। ਔਰ ਰੋਣਾ ਰੋਣ ਵਾਲਾ, ਜਿਹੜਾ ਕਈ ਬੰਦਿਆਂ ਨੂੰ ਦੇਖੋ ਨਾ ਆਦਤ ਹੁੰਦੀ ਹੈ ਸਾਰੀ ਦਿਹਾੜੀ ਰੋਂਦੇ ਹੀ ਰਹਿੰਦੇ ਆ, ਬਹੁਤ ਕੁਛ ਦਿੰਦਾ ਪਰਮਾਤਮਾ ਫਿਰ ਵੀ ਰੋਂਦੇ ਰਹਿੰਦੇ, ਹਾਏ ਸਾਡਾ ਪੂਰਾ ਨਹੀਂ ਪੈਂਦਾ, ਹਾਏ ਸਾਡਾ ਪੂਰਾ ਨਹੀਂ ਪੈਂਦਾ, ਤੇ ਕਈ ਐਸੇ ਆ ਸਬਰ ਸੰਤੋਖ ਦੇ ਵਿੱਚ ਆਉਂਦੇ ਔਰ ਗੁਰੂ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਆ। ਜੋ ਗੁਰੂ ਦੇ ਬਖਸ਼ਿਸ਼ ਆ ਗਈ ਸਤ ਬਚਨ ਹੈ, ਸਬਰ ਸੰਤੋਖ ਹੈ। ਤੋ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਕਿ ਭਾਈ ਉਹ ਕੈਸਾ ਹੀ ਮਨੁੱਖ ਹੋਵੇ, ਉਹ ਉਸ ਤੇ ਜਦੋਂ ਕਿਸੇ ਤੇ ਕਿਸੇ ਗੁਰਮੁਖ ਪਿਆਰੇ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਖੁਸ਼ੀ ਆ ਗਈ, ਤੇ ਉਦੋਂ ਜੋ ਉਸ ਨੂੰ ਦਿੰਦਾ ਹੈ ਉਹ ਉਹੀ ਉਸ ਨੂੰ ਪ੍ਰਾਪਤ ਹੋ ਜਾਂਦਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਭਾਈ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਕਿੰਨੇ ਕੁ ਲੋਕ ਕਿਸ ਤਰ੍ਹਾਂ ਦੇ ਜੀਵਨ ਬਤੀਤ ਕਰਕੇ ਗਏ। ਅੱਗੇ ਗੁਰੂ ਸਾਹਿਬ ਕਹਿੰਦੇ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ, ਜੋ ਅਸਮਾਨ ਨਮਾਵਣੀ ਨੱਕ ਨੱਥਾ, ਜੋ ਅਸਮਾਨ ਨਮਾਵਣੀ ਤਿੰਨ ਨੱਕ ਨੱਥਾ ਪਾਏ। ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਮਸਤ ਹੋਏ, ਸੰਸਾਰ ਦੇ ਪਦਾਰਥਾਂ ਦੇ ਵਿੱਚ ਮਸਤ ਹੋਏ, ਉਸ ਪਰਮ ਪਿਤਾ ਪਰਮਾਤਮਾ ਤੋਂ ਲੈ ਕੇ ਹੋਏ ਪਦਾਰਥ ਜਿਹੜੇ ਖਾਈ ਜਾਂਦੇ ਆ ਔਰ ਉਸ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਜਾਂਦੇ ਆ, ਐਸੇ ਗੁਰੂ ਸਾਹਿਬ ਕਹਿੰਦੇ ਆ ਵੀ ਪਤਾ ਨਹੀਂ ਕਿੰਨੇ ਕੁ ਕੋਟ ਗੜ ਜਿਹੜੇ ਹੈ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਕਦੇ ਜਿੱਤੇ ਨਹੀਂ ਜਾ ਸਕਦੇ, ਇਹੋ ਜਿਹੇ ਕਰੋੜਾਂ ਗੜ ਜਿਹੜੇ ਮਨੁੱਖ ਕਹਿੰਦੇ ਸੀ ਕਿ ਅਸੀਂ ਕਿਸੇ ਤੋਂ ਕਿਸੇ ਦਾ ਕੁਛ ਅਹਿਸਾਨ ਨਹੀਂ ਮੰਨਦੇ, ਕਿਸੇ ਤੋਂ ਅਸੀਂ ਕਾਣ ਨਹੀਂ ਚੱਲਦੇ, ਕਿਸੇ ਦਾ ਅਸੀਂ ਡਰ ਨਹੀਂ ਮੰਨਦੇ, ਤੇ ਐਡੇ ਹੰਕਾਰੇ ਹੋਏ ਜਿਹੜੇ ਸੀ ਨਾ ਕੋਟ ਗੜ, ਪਤਾ ਨਹੀਂ ਕਿੰਨੇ ਕੁ ਆਪਣੀ ਵਜਾ ਵਜਾ ਕੇ ਨੌਬਤ ਚਲੇ ਗਏ, ਆਪਣੀ ਦਫਲੀ ਵਜਾ ਵਜਾ ਕੇ ਇਸ ਸੰਸਾਰ ਤੋਂ ਚਲੇ ਗਏ। ਪਰ ਗੁਰੂ ਸਾਹਿਬ ਦੱਸਦੇ ਆ ਕਿ ਜੋ ਅਸਮਾਨ ਨਾ ਮਾਵਣੀ, ਜਿਹੜੇ ਅਸਮਾਨ ਦੇ ਵਿੱਚ ਨਹੀਂ ਮਿਆਉਂਦੇ ਹੁੰਦੇ ਸੀ, ਧਰਤੀ ਤੋਂ ਲੈ ਕੇ ਅਸਮਾਨ ਤੀਕਰ ਆਪਣਾ ਹੰਕਾਰ ਦੱਸਦੇ ਸੀ, ਆਪਣਾ ਰਾਜ ਦੱਸਦੇ ਸੀ, ਆਪਣਾ ਜ਼ੋਰ ਦੱਸਦੇ ਸੀ, ਆਪਣਾ ਬਲ ਪ੍ਰਗਟ ਕਰਦੇ ਸੀ, ਉਹ ਅਸਮਾਨ ਦੇ ਵਿੱਚ ਵੀ ਮਿਆਉਂਦੇ ਨਹੀਂ ਸੀਗੇ। ਤੇ ਗੁਰੂ ਸਾਹਿਬ ਕਹਿੰਦੇ ਆ ਉਸ ਪਰਮ ਪਿਤਾ ਪਰਮਾਤਮਾ ਨੇ ਐਸੀ ਕਰਮ ਕੀਤਾ ਕਿ ਉਹਨਾਂ ਦੇ ਨੱਕ ਦੇ ਵਿੱਚ ਨੱਥਾਂ ਪਾ ਪਾ ਕੇ ਉਹਨਾਂ ਨੂੰ ਕਾਬੂ ਕਰ ਦਿੱਤਾ, ਭਾਵ ਉਹਨਾਂ ਨੂੰ ਐਸਾ ਨਰਕ ਲਾਇਆ, ਐਸੇ ਰੋਗ ਲੱਗੇ, ਐਸੇ ਦੁਸ਼ਮਣ ਬਣੇ, ਐਸੇ ਉਹਨਾਂ ਨੂੰ ਮਾਰਾਂ ਪਈਆਂ ਪਰਮਾਤਮਾ ਵੱਲੋਂ, ਐਸੇ ਦੁੱਖ ਦੇ ਝੰਝਟ ਲੱਗੇ, ਐਸੇ ਦੁੱਖ ਦੇ ਕਸ਼ਟ ਦੇ ਜਿਹੜੇ ਸਮੇਂ ਦੇ ਜਦੋਂ ਆਉਂਦੇ ਆ ਨਾ, ਤੇ ਉਦੋਂ ਉਹ ਦੁੱਖ ਦੇ ਥੱਪੜ ਜਦੋਂ ਲੱਗਦੇ ਆ ਨਾ, ਤੇ ਉਦੋਂ ਬੰਦਾ ਜਿਹੜਾ ਬਹੁਤ ਵੱਡਾ ਹੰਕਾਰੀ ਹੁੰਦਾ ਨਾ, ਬੜਾ ਬਲਵਾਨ ਹੁੰਦਾ, ਤੇ ਉਹ ਵੀ ਜਿਹੜਾ ਨਾ ਸਾਡੇ ਪੰਜਾਬੀ ਦੀ ਭਾਸ਼ਾ ਦੇ ਵਿੱਚ ਕਹਿੰਦੇ ਆ ਕਿ ਸੂਤ ਦੇ ਵਿੱਚ ਬੰਨਣ ਵਾਲਾ ਬਣ ਜਾਂਦਾ ਹੈ, ਬਿਲਕੁਲ ਜਾਣ ਨਹੀਂ ਰਹਿੰਦੀ ਉਸ ਦੇ ਵਿੱਚ, ਨੱਕ ਦੇ ਵਿੱਚ ਐਸੀ ਨੱਥ ਪਾਉਂਦਾ ਉਹ ਪਰਮ ਪਿਤਾ ਪਰਮਾਤਮਾ ਉਸਨੂੰ ਐਸਾ ਕਾਬੂ ਕਰਦਾ ਕਿ ਮੁੜ ਕੇ ਉਹ ਹੰਕਾਰ ਭੁੱਲ ਜਾਂਦਾ ਹੈ। ਹੰਕਾਰੀਆਂ ਨੂੰ ਕਦੇ ਪਰਮਾਤਮਾ ਰਹਿਣ ਨਹੀਂ ਦਿੰਦਾ। ਗੁਰੂ ਸਾਹਿਬ ਕਹਿੰਦੇ ਆ ਪਰਮਾਤਮਾ
ਹਉਮੈ ਨਾਵੈ ਨਾਲ ਵਿਰੋਧ ਹੈ। ਦੋ ਵਸੈ ਨ ਏਕੋ ਠਾਏ। ਹਉਮੈ ਔਰ ਨਾਮ ਕਦੇ ਵੀ ਇੱਕ ਆਤਮਾ ਦੇ ਸਰੀਰ ਦੇ ਵਿੱਚ, ਇੱਕ ਆਤਮਾ ਦੇ ਵਿੱਚ ਕਦੇ ਬਿਰਾਜਮਾਨ ਨਹੀਂ ਹੁੰਦੇ। ਜਿਸ ਆਤਮਾ ਦੇ ਵਿੱਚ ਹੰਕਾਰ ਹੋਏਗਾ ਉਹਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੋਏਗਾ, ਪਰਮਾਤਮਾ ਦੀ ਸ਼ਰਨ ਨਹੀਂ ਹੋਏਗੀ। ਜਿਸ ਆਤਮਾ ਦੇ ਵਿੱਚ ਪਰਮਾਤਮਾ ਦੀ ਸ਼ਰਨ ਹੋਏਗੀ, ਪਰਮਾਤਮਾ ਦਾ ਨਾਮ ਹੋਏਗਾ, ਪਰਮਾਤਮਾ ਦਾ ਪਿਆਰ ਹੋਏਗਾ, ਉਹਦੇ ਵਿੱਚ ਹਉਮੈ ਨਹੀਂ ਹੋਏਗਾ। ਉਹ ਹਉਮੈ ਤੋਂ ਰਹਿਤ ਹੋਏਗਾ, ਨੀਵਾਂ ਹੋਏਗਾ, ਨਿਰਮਲ ਹੋਏਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਹੰਕਾਰੀ ਹੁੰਦੇ ਆ ਨਾ, ਤੇ ਪਰਮਾਤਮਾ ਨੇ ਉਹਨਾਂ ਦੇ ਨੱਕ ਦੇ ਵਿੱਚ ਨੱਥਾਂ ਪਾ ਕੇ ਉਹਨਾਂ ਨੂੰ ਕਾਬੂ ਕਰ ਦਿੱਤਾ। ਅੱਗੇ ਹੁਣ ਗੁਰੂ ਸਾਹਿਬ ਕਹਿੰਦੇ ਆ, ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ। ਹੁਣ ਗੁਰੂ ਸਾਹਿਬ ਕਹਿੰਦੇ ਆ ਭਾਈ, ਜੇ ਮਨ ਸਾਡਾ ਹੈ, ਮਨ ਗੁਰੂ ਸਾਹਿਬ ਕਹਿੰਦੇ ਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਨ ਹੀ ਪਰਮਾਤਮਾ ਦੀ ਜੋਤ ਹੈ ਜਿਹੜੀ ਸ੍ਰਿਸ਼ਟੀ ਦੇ ਵਿੱਚ ਆਈ ਹੋਈ ਹੈ, ਜਿਹੜੀ ਜੀਵ ਆਤਮਾ ਬਣ ਕੇ ਮਤਲਬ ਇਸ ਆਕਾਰ ਦੇ ਵਿੱਚ, ਸਰੀਰ ਦੇ ਵਿੱਚ ਬਿਰਾਜਮਾਨ, ਇਹ ਮਨ ਹੀ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿ ਜਿਸ ਮਨ ਨੂੰ ਇਸ ਗੱਲ ਦਾ ਗਿਆਨ ਆ ਜਾਵੇ ਵੀ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਸ੍ਰੇਸ਼ਟ ਹੈ, ਵੱਡਾ ਹੈ, ਉਹਦੀ ਬਹੁਤ ਵੱਡੀ ਵਡਿਆਈ ਹੈ, ਉਹ ਗੁਣਾਂ ਦਾ ਦਾਤਾ ਹੈ, ਉਹ ਸਭ ਨੂੰ ਸੁੱਖ ਦੇਣ ਵਾਲਾ ਹੈ, ਤੇ ਜੇ ਇਹ ਗੱਲਾਂ ਜਾਣ ਲਵੇ ਤੇ ਫਿਰ ਉਹ ਮਨ ਜਿਹੜਾ ਹੈ ਫਿਰ ਮਿੱਠਾ ਕਿਉਂ ਖਾਏ। ਮਿੱਠਾ ਭਾਵ ਮਿੱਠਾ ਹੈ ਮਾਇਆ। ਮਾਇਆ ਜਿਹੜੀ ਹੈ ਪਹਿਲਾਂ ਤਾਂ ਖਾਂਦੇ ਆ ਜਦੋਂ ਅਸੀਂ ਬੜੀ ਮਿੱਠੀ ਲੱਗਦੀ ਹੈ, ਬੜਾ ਸਾਨੂੰ ਸੁੱਖ ਦਿੰਦੀ ਹੈ, ਪਰ ਬਾਅਦ 'ਚ ਇਹ ਜ਼ਹਿਰ ਬਣ ਜਾਂਦੀ ਹੈ, ਨਾਗਣ ਬਣ ਜਾਂਦੀ ਹੈ, ਇਹ ਸਾਨੂੰ ਦੱਸ ਲੈਂਦੀ ਹੈ। ਤੇ ਇਸ ਕਰਕੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਜਿਸ ਮਨ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਇਹ ਮਾਇਆ ਜਿਹੜੀ ਹੈ ਨਾ ਬੜੀ ਮਿੱਠੀ ਆ ਪਰ ਹੈ ਨਾਗਣੀ ਹੈ, ਤੇ ਇਹ ਇਹਦੇ ਇਹਦੇ ਜਿਹੜੇ ਪਿਆਰ ਕਰਨ ਵਾਲੇ ਆ ਇਹਨਾਂ ਨੂੰ ਸੂਲਾਂ ਲੱਗਦੀਆਂ, ਭਾਵ ਇਹਨਾਂ ਨੂੰ ਨਰਕ ਦੇ ਦੋਸ਼ ਲੱਗਦੇ ਆ, ਇਹਨਾਂ ਨੂੰ ਤਸੀਹੇ ਲੱਗਦੇ ਆ, ਇਹਨਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ। ਤੇ ਜਿਹੜਾ ਮਨ ਇਹ ਜਾਣ ਲਵੇ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਫਿਰ ਮਿੱਠਾ ਨਾ ਖਾਵੇ ਭਾਈ, ਉਹ ਮਾਇਆ ਨਾ ਖਾਵੇ, ਫਿਰ ਪਰਮਾਤਮਾ ਦੀ ਸ਼ਰਨ ਚ ਰਵੇ ਤੇ ਚੰਗੀ ਗੱਲ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜਜੀਰ, ਜੇ ਗੁਣ ਹੋਣ ਤਕੱਟੀਅਨ ਸੇ ਪਾਈ ਸੇ ਵੀਰ। ਇਹ ਮਾਇਆ ਨੂੰ ਪਿਆਰ ਕਰਨਾ, ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਅਸੀਂ ਮਾਇਆ ਨੂੰ ਪਿਆਰ ਕਰਦੇ ਹਾਂ, ਕੂੜ ਬੋਲਦੇ ਹਾਂ, ਬਦਨੀਤੀ ਕਰਦੇ ਹਾਂ, ਬੇਈਮਾਨੀ ਕਰਦੇ ਹਾਂ, ਠੱਗੀ ਕਰਦੇ ਹਾਂ, ਚੋਰੀ ਕਰਦੇ ਹਾਂ, ਯਾਰੀ ਕਰਦੇ ਹਾਂ, ਕਿਸੇ ਦਾ ਹੱਕ ਮਾਰ ਕੇ ਆਪਣਾ ਕਰ ਲੈਂਦੇ ਹਾਂ, ਲੋਕਾਂ ਦੀ ਮਾਇਆ ਆਪਣੇ ਘਰੇ ਲੈ ਆਉਂਦੇ ਹਾਂ, ਬੇਈਮਾਨੀਆਂ ਕਰਦੇ ਹਾਂ ਲੋਕਾਂ ਨਾਲ, ਗੁਰੂ ਸਾਹਿਬ ਕਹਿੰਦੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੈ ਜੇ ਮੁਰਦਾਰ ਨਾ ਖਾਏ। ਇਹ ਮਾਇਆ ਲੋਕਾਂ ਦੀ ਠੱਗ ਠੱਗ ਕੇ ਆਪਣੇ ਘਰੇ ਲਿਆਉਣੀ, ਬੇਈਮਾਨੀ ਕਰਕੇ ਲੋਕਾਂ ਦਾ ਹੱਕ ਖਾ ਲੈਣਾ, ਮਾਇਆ ਨੂੰ ਕੂੜ ਬੋਲ ਕੇ ਇਕੱਠੀ ਕਰਨਾ, ਮਾਇਆ ਨਾਲ ਪਿਆਰ ਕਰਨਾ, ਗੁਰੂ ਸਾਹਿਬ ਕਹਿੰਦੇ ਆ ਵੀ ਇਹ ਭਾਈ ਸਾਰੇ ਔਗਣ ਹੀ ਔਗਣ ਹੈ। ਇੱਕ ਜੇ ਕੋਈ ਮਨੁੱਖ ਇਹ ਮਾਇਆ ਨਾਲ ਇੰਨਾ ਪਿਆਰ ਨਾ ਕਰੇ ਨਾ, ਤੇ ਫਿਰ ਇਸ ਨੂੰ ਸੂਲਾਂ ਨਹੀਂ ਲੱਗਦੀਆਂ। ਇਹ ਮਿੱਠਾ ਜਦੋਂ ਖਾਂਦਾ ਤੇ ਉਦੋਂ ਹੀ ਇਹਨੂੰ ਜਮਾਂ ਦੇ ਮਾਰ ਪੈਂਦੀ ਆ, ਉਦੋਂ ਹੀ ਇਹਨੂੰ ਦੋਸ਼ ਲੱਗਦੇ ਆ, ਇਹਨੂੰ ਦੁੱਖ ਤਸੀਹੇ ਉਦੋਂ ਹੀ ਲੱਗਦੇ ਆ, 84 ਲੱਖ ਜੂਨਿਆਂ ਦੇ ਨਰਕ ਉਦੋਂ ਹੀ ਲੱਗਦੇ ਆ। ਜੇ ਮਾਇਆ ਨੂੰ ਪਿਆਰ ਨਾ ਕਰੇ, ਪਰਮਾਤਮਾ ਦੀ ਸ਼ਰਨ ਦੇ ਕੇ ਪਰਮਾਤਮਾ ਦਾ ਨਾਮ ਸਿਮਰਨ ਕਰੇ, ਤੇ ਫਿਰ ਇਸ ਨੂੰ ਦੁੱਖ ਲੱਗਦਾ ਹੀ ਕੋਈ ਨਹੀਂ, ਫਿਰ ਇਸ ਨੂੰ ਸਦਾ ਸੁੱਖ ਹੀ ਸੁੱਖ ਬਣਦੇ ਆ। ਪਰਮ ਪਿਤਾ ਪਰਮਾਤਮਾ ਦਾ ਪਿਆਰ ਮਿਲਦਾ ਹੈ, ਪਰਮ ਪਿਤਾ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਮਿਲਦੀ ਹੈ। ਤੇ ਇਸ ਕਰਕੇ ਗੁਰੂ ਸਾਹਿਬ ਹੁਣ ਕਹਿੰਦੇ ਆ ਭਾਈ ਇਹ ਜਿਹੜੇ ਔਗਣ ਹੈ ਨਾ, ਇਹ ਸੰਸਾਰ ਦੇ ਲੋਕ ਜਿਹੜੇ ਜ਼ਿਆਦਾਤਰ ਸਾਰੇ ਹੀ ਪਰਮਾਤਮਾ ਨੂੰ ਭੁੱਲ ਕੇ ਸੰਸਾਰ ਦੇ ਮਾਇਆ ਦੇ ਪਦਾਰਥਾਂ ਦੇ ਇਕੱਠੇ ਕਰਦੇ ਹੋਏ ਮਾਇਆ ਦੇ ਲਾਲਚਾਂ ਦੇ ਵਿੱਚ ਪੈ ਕੇ, ਪੁੱਤਾਂ ਧੀਆਂ ਕੁਟੰਬ ਦੇ ਲਾਲਚਾਂ ਦੇ ਵਿੱਚ ਪੈ ਕੇ ਇਹ ਪਾਪ ਦੀ ਖੱਟੀ ਖੱਟਦੇ ਆ, ਔਰ ਇਹ ਮਿੱਠਾ ਜਿਹੜਾ ਜਦੋਂ ਖਾਂਦੇ ਆ ਨਾ ਤੇ ਉਦੋਂ ਇਹ ਔਗਣਾਂ ਦਾ ਕਾਰਨ ਬਣ ਜਾਂਦਾ ਹੈ। ਇਹ ਔਗਣ ਜਿਹੜੇ ਸਾਡੇ ਵਿੱਚ ਇਹ ਪੈਦਾ ਹੋ ਜਾਂਦੇ ਆ, ਜੇ ਅਸੀਂ ਇਹਨਾਂ ਔਗਣਾਂ ਤੋਂ ਬਚ ਕੇ ਰਹੀਏ ਤੇ ਪਰਮਾਤਮਾ ਦੇ ਗੁਣ ਸਾਡੇ ਅੰਦਰ ਆ ਜਾਂਦੇ ਆ, ਪਰ ਗੁਣ ਸਾਡੇ ਅੰਦਰ ਹੁੰਦੇ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਆ ਜਪਜੀ ਸਾਹਿਬ ਦੇ ਵਿੱਚ, ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਸਾਡੇ ਅੰਦਰ ਗੁਣ ਨਹੀਂ ਪੈਦਾ ਹੋਣਗੇ, ਉਹਨਾਂ ਚਿਰ ਪਰਮਾਤਮਾ ਦੇ ਨਾਮ ਦੀ ਸਿਮਰਨਾ ਵੀ ਜਿਹੜੀ ਆ ਉਹ ਭਗਤੀ ਨਹੀਂ ਬਣੇਗੀ। ਜਦੋਂ ਗੁਣ ਹੋਣਗੇ, ਜਦੋਂ ਅਸੀਂ ਸੁਕ੍ਰਿਤ ਕਰਾਂਗੇ, ਜਦੋਂ ਅਸੀਂ ਸੱਚ ਨੂੰ ਧਾਰਨ ਕਰਾਂਗੇ, ਜਿਸੋਂ ਅਸੀਂ ਸ਼ੁਭ ਗੁਣਾਂ ਦੇ ਅੰਤਰ ਹਿਰਦੇ ਦੇ ਵਿੱਚ ਅਮਲ ਲੈ ਆਵਾਂਗੇ, ਉਦੋਂ ਪਰਮ ਪਿਤਾ ਪਰਮਾਤਮਾ ਦੀ ਸਿਮਰਨਾ ਜਿਹੜੀ ਆ ਉਹ ਵੀ ਸਫਲ ਹੋ ਜਾਏਗੀ। ਤੇ ਗੁਰੂ ਸਾਹਿਬ ਕਹਿੰਦੇ ਅਸੀਂ ਬਖਸ਼ਿਸ਼ ਕਰਦੇ ਹਾਂ, ਗੁਰੂ ਸਾਹਿਬ ਸਾਨੂੰ, ਅਸੀਂ ਕੀ ਕਰਦੇ ਹਾਂ ਪਾਪ ਦੀ ਕਮਾਈ ਇਕੱਠੀ ਕਰ ਕਰਕੇ ਗੁਣਾਂ ਨੂੰ ਦੂਰ ਕਰ ਦਿੰਦੇ ਹਾਂ, ਔਗਣਾਂ ਨੂੰ ਅਸੀਂ ਨੇੜੇ ਲੈ ਆਉਂਦੇ ਹਾਂ, ਤੇ ਅਸੀਂ ਕੀ ਕਰਦੇ ਹਾਂ
ਇੰਨੇ ਔਗਣ ਹੈ ਸਾਡੇ ਵਿੱਚ ਕਿ ਜਿੰਨਾ ਸਮੁੰਦਰ ਸਾਗਰ ਨੀਰ ਭਰਿਆ ਹੋਇਆ ਨਾ, ਇੰਨੇ ਔਗਣ ਹੈ ਸਾਡੇ ਵਿੱਚ। ਫਿਰ ਗੁਰੂ ਸਾਹਿਬ ਸਾਨੂੰ ਇੱਕ ਜੁਗਤ ਦੱਸਦੇ ਆ, ਅਗਰ ਤੁਹਾਡੇ 'ਚ ਔਗਣ ਹੈ ਤਾਂ ਫਿਰ ਵੀ ਭਾਈ ਤੁਸੀਂ ਕੀ ਕਰੋ, ਔਗਣਾਂ ਨੂੰ ਖਤਮ ਕਰੋ। ਕਿਵੇਂ ਖਤਮ ਕਰੋਗੇ? ਗੁਰੂ ਸਾਹਿਬ ਕਹਿੰਦੇ ਆ, ਜੇਤਾ ਸਮੁੰਦਰ ਸਾਗਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਜੇ ਅਸੀਂ ਉਸ ਪਰਮਪਿਤਾ ਪਰਮਾਤਮਾ ਨੂੰ ਬੇਨਤੀ ਲਾਉਂਦੇ ਰਹੀਏ, ਆਪਣੇ ਔਗਣਾਂ ਨੂੰ ਜਾਣ ਕੇ ਕਿ ਸਾਡੇ 'ਚ ਬਹੁਤ ਔਗਣ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਦੀਨ ਕੇ ਦਾਤੇ, ਮੇਰਾ ਗੁਣ ਔਗੁਣ ਨਾ ਵਿਚਾਰੋ, ਕੋਈ ਮਾਟੀ ਕਾ ਕਿਆ ਧੁੱਪ ਹੈ ਸਵਾਮੀ, ਮਾਨਸ ਕੀ ਗਤ। ਇਹ ਪਰਮਪਿਤਾ ਪਰਮਾਤਮਾ ਮਾਨਸ ਔਗਣ ਖੱਟ ਲੈਂਦਾ ਹੈ, ਪਰ ਤੁਸੀਂ ਕਿਰਪਾ ਕਰੋ, ਅਸੀਂ ਮਾਫ਼ੀ ਮੰਗਦੇ ਹਾਂ ਤੁਹਾਡੇ ਤੋਂ, ਸਾਡੇ 'ਚ ਬੜੇ ਔਗਣ ਹੈ, ਤੁਸੀਂ ਕਿਰਪਾ ਕਰੋ, ਸਾਡੇ ਇਹਨਾਂ ਔਗਣਾਂ ਨੂੰ ਬਖਸ਼ ਦਿਓ, ਆਪਣਾ ਨਾਮ ਦਿਓ। ਤੁਸੀਂ ਡੁੱਬਦੇ ਪੱਥਰਾਂ ਨੂੰ ਉਤਾਰ ਦਿੱਤਾ ਹੈ ਤੇ ਸਾਨੂੰ ਵੀ, ਅਸੀਂ ਵੀ ਡੁੱਬਦੇ ਪੱਥਰ ਹਾਂ, ਇਹ ਔਗਣਾਂ ਦੇ ਵਿੱਚ ਡੁੱਬੇ ਹੋਏ ਹਾਂ, ਇਹ ਸਾਗਰ ਭਾਵ ਸਾਗਰ ਦੇ ਵਿੱਚ ਡੁੱਬੇ ਹੋਏ ਹਾਂ, ਕਿਰਪਾ ਕਰੋ ਸਾਡੇ ਤੇ, ਮਿਹਰ ਕਰੋ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਨਾਨਕ ਔਗਣ ਜੇਤੜੇ ਤੇ ਤੇੜੇ ਗਲੀ ਜੰਜੀਰ। ਇਹਨਾਂ ਮਨੁੱਖਾਂ ਜੀਵਾਤਮਾ ਦੇ ਜਿੰਨੇ ਇਹਨਾਂ ਨੇ ਔਗਣ ਮਾਇਆ ਨੂੰ ਇਕੱਠੀ ਕਰ ਕਰਕੇ, ਮਾਇਆ ਨਾਲ ਲੋਭ ਕਰਕੇ, ਲਾਲਚ ਕਰਕੇ, ਮਾਇਆ ਨਾਲ ਪਿਆਰ ਕਰਕੇ, ਪਾਪ ਕਰਮ ਕਰਕੇ, ਕੂੜ ਬੋਲ ਕੇ ਇਕੱਠੇ ਕੀਤੇ ਹੈ, ਓਨੇ ਹੀ ਇਹਨਾਂ ਦੇ ਜ਼ਿਆਦਾ ਔਗਣ ਇਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੇ ਆ, ਇਹਨਾਂ ਦੀ ਆਤਮਾ ਮੈਲ ਨਾਲ ਭਰ ਜਾਂਦੀ ਹੈ, ਮੈਲ ਦੇ ਵਿੱਚ ਪਲੀਤ ਹੋ ਜਾਂਦੀ ਹੈ। ਔਰ ਇਸ ਤਰ੍ਹਾਂ ਨਾਲ ਫਿਰ ਗੁਰੂ ਸਾਹਿਬ ਕਹਿੰਦੇ, ਜਦੋਂ ਇਹ ਆਤਮਾ ਜਨਮਾਂ ਜਨਮਾਂ ਦੀ ਮੈਲ ਮਾਇਆ ਦੀ ਇਕੱਠੀ ਕਰਕੇ ਪਲੀਤ ਹੋ ਜਾਂਦੀ ਹੈ ਨਾ, ਤਾਂ ਉਦੋਂ ਇਹਨਾਂ ਦੇ ਗਲਾਂ ਦੇ ਵਿੱਚ ਜਿਹੜੀਆਂ ਨਾ ਜੰਜੀਰਾਂ ਪੈਂਦੀਆਂ, ਜਮਾਂ ਦੀ ਜੰਜੀਰ ਪੈਂਦੀ ਹੈ, ਜਮਾਂ ਦੇ ਡੰਡ ਲੱਗਦੇ ਹੈ, ਜਮਾਂ ਦੇ ਦੁੱਖ ਲੱਗਦੇ ਹੈ, ਜਮਾਂ ਦੇ ਕਸ਼ਟ ਲੱਗਦੇ ਹੈ, ਤਸੀਹੇ ਲੱਗਦੇ ਹੈ, ਬੜੀਆਂ ਮਾਰਾਂ ਪੈਂਦੀਆਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਇਹਨਾਂ ਤੋਂ ਬਚਣਾ ਭਾਈ ਕੀ ਸਾਧਨ ਹੈ? ਤੇ ਗੁਰੂ ਸਾਹਿਬ ਕਹਿੰਦੇ ਆ, ਜੇ ਗੁਣ ਹੋਣ ਤਾਂ ਕੱਟੀਅਨ। ਇਹਨਾਂ ਔਗਣਾਂ ਨੂੰ ਤਾਂ ਹੀ ਕੱਟਿਆ ਜਾਂਦਾ ਜੇ ਗੁਣ ਹੋਣ, ਤੇ ਗੁਣ ਕਿਵੇਂ ਹੈ? ਪਰਮਾਤਮਾ ਦੇ ਨਾਮ ਦੀ ਸਾਬਣ ਜਿਹੜੀ ਹੈ ਨਾ, ਉਹ ਗੁਣ ਬਣਦੀ ਹੈ। ਜਦੋਂ ਅਸੀਂ ਪਰਮਾਤਮਾ ਦੇ ਨਾਮ ਦਾ ਸਿਮਰਨਾ ਕਰਾਂਗੇ ਤੇ ਉਦੋਂ ਇਹ ਗੁਣ ਜਿਹੜੇ ਹੈ ਨਾ ਸਾਡੇ, ਇਹ ਔਗਣਾਂ ਨੂੰ ਮੇਟ ਦੇਣਗੇ। ਜਿਵੇਂ ਨਾਮ ਦੀ ਸਾਬਣ ਜਿਹੜੀ ਹੈ ਨਾ, ਮੈਲ ਲੱਗੀ ਹੋਵੇ ਕੱਪੜੇ ਨੂੰ ਤੇ ਸਾਬਣ ਲਾਇਆ ਕੱਪੜੇ ਦੀ ਮੈਲ ਉੱਤਰ ਜਾਂਦੀ ਹੈ, ਇਵੇਂ ਇਹ ਨਾਮ ਦੇ ਸਿਮਰਨ ਕਰਿਆ, ਨਾਮ ਦਾ ਗੁਣ ਪ੍ਰਾਪਤ ਕੀਤਿਆਂ, ਔਗੁਣਾਂ ਦਾ ਨਾਸ ਹੋ ਜਾਂਦਾ ਹੈ। ਪਰਮਪਿਤਾ ਪਰਮਾਤਮਾ ਬਖਸ਼ਿਸ਼ ਕਰਦੇ ਹੈ। ਭਰੀਐ ਹੱਥ ਪੈਰ ਤਣਦੇ, ਪਾਣੀ ਧੋਤਾ ਉਤਰਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈ ਐ ਉਹ ਤੋਏ, ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਹੁਣ ਸਾਨੂੰ ਇੱਕ ਭੇਦ ਦੀ ਗੱਲ ਦੱਸਦੇ ਆ, ਭਾਈ ਅਗਰ ਤੁਹਾਨੂੰ ਜੇ ਪਾਪਾਂ ਦੀ ਮੈਲ ਲੱਗ ਵੀ ਗਈ ਹੈ, ਗਲਤੀ ਹੋ ਗਈ ਹੈ, ਭੁੱਲ ਗਏ ਹੋ, ਤੁਸੀਂ ਪਰਮਾਤਮਾ ਤੋਂ ਵਿਸਾਰਾ ਕਰ ਲਿਆ ਹੈ, ਤੇ ਤੁਸੀਂ ਬੇਨਤੀ ਕਰੋ ਉਸ ਪਰਮਪਿਤਾ ਪਰਮਾਤਮਾ ਤੋਂ, ਨਾਮ ਦੀ ਦਾਤ ਮੰਗੋ, ਗੁਣ ਮੰਗੋ ਉਸ ਪਰਮਪਿਤਾ ਪਰਮਾਤਮਾ ਤੋਂ। ਜਦੋਂ ਨਾਮ ਮੰਗੋਗੇ ਨਾ, ਬੇਨਤੀਆਂ ਕਰੋਗੇ, ਕਿਰਪਾ ਕਰੋ, ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ, ਮਾਟੀ ਕਾ ਕਿਆ ਧੁੱਪ ਹੈ ਸਵਾਮੀ, ਮਾਨਸ ਕੀ ਗਤੇ। ਉਸ ਤੋਂ ਨਾਮ ਮੰਗੋ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦਿਓ। ਤੇ ਜਦੋਂ ਉਹ ਪਰਮਪਿਤਾ ਪਰਮਾਤਮਾ ਨਾਮ ਦੇ ਦੇਵੇ, ਉਸ ਨਾਮ ਦੀ ਸਾਬਣ ਨੂੰ ਲਾ ਲਾ ਕੇ, ਮਲ ਮਲ ਕੇ, ਆਪਣੇ ਅੰਤਰ ਹਿਰਦੇ ਦੇ ਵਿੱਚੋਂ ਅਗੁਣਾਂ ਔਗੁਣਾਂ ਦਾ ਨਾਸ ਕਰ ਦਿਓ। ਤੇ ਗੁਰੂ ਸਾਹਿਬ ਕਹਿੰਦੇ, ਤੁਹਾਡੇ ਅੰਦਰ ਹਿਰਦੇ ਦੇ ਵਿੱਚ ਗੁਣ ਪੈਦਾ ਹੋ ਜਾਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਉਹ ਗੁਣ ਜਿਹੜੇ ਆ ਨਾ ਤੁਹਾਡੇ ਮਿੱਤਰ ਬਣ ਜਾਣਗੇ। ਜਿੱਥੇ ਤੁਹਾਡੇ ਹਿਰਦੇ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਦੂਤ ਤੁਹਾਨੂੰ ਜੜੋਂ ਵੱਢੀ ਜਾਂਦੇ ਸੀ, ਅੰਦਰੋਂ ਕੁਤਰ ਕੁਤਰ ਕੇ ਤੁਹਾਨੂੰ ਨਾਸ ਕਰੀ ਜਾਂਦੇ ਸੀ, ਤੁਹਾਡੀ ਜੜ ਨੂੰ ਖੋਖਲੀ ਕਰੀ ਜਾਂਦੇ ਸੀ, ਜਦੋਂ ਤੁਸੀਂ ਪਰਮਾਤਮਾ ਦਾ ਨਾਮ ਸਿਮਰਨ ਕੀਤਾ, ਗੁਰੂ ਤੋਂ ਲੈ ਕੇ, ਉਸ ਨਾਮ ਦੀ ਸਾਬਣ ਨੇ ਤੁਹਾਡੇ ਔਗਣਾਂ ਦੀ ਮੈਲ ਨੂੰ ਕੱਟ ਦਿੱਤਾ, ਤੁਹਾਡਾ ਹਿਰਦਾ ਨਿਰਮਲ ਹੋ ਗਿਆ, ਔਰ ਤੁਹਾਡੇ ਅੰਤਰ ਹਿਰਦੇ ਦੇ ਵਿੱਚ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਆ ਪੰਜੇ ਭੱਜ ਜਾਣਗੇ, ਔਰ ਉਹਨਾਂ ਦੀ ਥਾਂ ਤੇ ਤੁਹਾਡੇ ਮਿੱਤਰ ਜਿਹੜੇ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਦੁਸ਼ਮਣ ਹੈ, ਸਾਡੀ ਜੜ ਵੱਢਦੇ ਹੈ, ਸਾਡੀ ਆਤਮਾ ਦਾ ਨਾਸ ਕਰਦੇ ਹੈ, ਪਰਮਾਤਮਾ ਤੋਂ ਵਿਛੋੜਾ ਦਵਾ ਦਿੰਦੇ ਹੈ, ਅੰਮ੍ਰਿਤ ਰਸ ਆਪ ਪੀ ਜਾਂਦੇ ਹੈ। ਪਰ ਜਦੋਂ ਅਸੀਂ ਇਹ ਪਰਮਾਤਮਾ ਦਾ ਨਾਮ ਸਿਮਰਨ ਕਰਾਂਗੇ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭੱਜ ਜਾਣਗੇ, ਆਪਣਾ ਜ਼ੋਰ ਨਹੀਂ ਕਰਨਗੇ, ਔਰ ਉਹਨਾਂ ਦੀ ਥਾਂ ਤੇ ਸਾਡੇ ਮਿੱਤਰ ਗੁਣ ਜਿਹੜੇ ਹੈ ਨਾ। ਗੁਰੂ ਸਾਹਿਬ ਕਹਿੰਦੇ ਆ, ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ,
ਇਹ ਪੰਜ ਗੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਥਾਂ ਤੇ ਪੰਜ ਗੁਣ ਧਰਮ ਦਇਆ ਸੰਤੋਖ ਸੱਚ ਔਰ ਧੀਰਜ ਤੁਹਾਡੇ ਅੰਤਰ ਹਿਰਦੇ ਦੇ ਵਿੱਚ ਆ ਜਾਣਗੇ। ਤੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਜੇ ਗੁਣ ਹੋਣ ਤਾਂ ਕੱਟੀਅਨ, ਜੇ ਇਹ ਗੁਣ ਸਾਡੇ ਕੋਲ ਹੋਣ ਨਾ ਧਰਮ ਦਇਆ ਸੰਤੋਖ ਸੱਚ ਔਰ ਧੀਰਜ ਦੇ, ਇਹ ਪਰਮਾਤਮਾ ਦੇ ਨਾਮ ਸਿਮਰਨ ਕਰਨ ਨਾਲ ਆਉਣੇ ਆ। ਤੇ ਜਦੋਂ ਇਹ ਗੁਣ ਸਾਡੇ ਕੋਲ ਆ ਜਾਣਗੇ ਔਗਣਾਂ ਦੀ ਕਾਟ ਹੋ ਜਾਏਗੀ, ਔਗਣ ਜਿਹੜੇ ਆ ਉਹ ਨਸ਼ਟ ਹੋ ਜਾਣਗੇ, ਔਗਣ ਭੱਜ ਜਾਣਗੇ, ਬਾਹਰ ਨਿਕਲ ਜਾਣਗੇ। ਮੈਲ ਜਿਵੇਂ ਬਾਹਰ ਨਿਕਲ ਜਾਂਦੀ ਆਪਣੇ ਆਪ ਹੀ, ਜਦੋਂ ਸਾਬਣ ਲੱਗਦੀ ਹੈ ਨਾ ਤਾਂ ਮੈਲ ਕੱਪੜੇ ਤੋਂ ਬਾਹਰ ਆਪਣੇ ਆਪ ਹੀ ਨਿਕਲ ਜਾਂਦੀ। ਇਵੇਂ ਜੇਕਰ ਇਹ ਔਗਣ ਵੀ ਜਿਹੜੇ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਜਦੋਂ ਨਾਮ ਦੀ ਸਾਬਣ ਲੱਗੇਗੀ ਔਰ ਸਾਬਣ ਨੇ ਕਰਮ ਕਰਨਾ ਔਰ ਧਰਮ ਦਇਆ ਸੰਤੋਖ ਸੱਚ ਔਰ ਧੀਰਜ ਪ੍ਰਗਟ ਹੋਣੇ ਹੈ, ਤੇ ਉਦੋਂ ਇਹਨਾਂ ਗੁਣਾਂ ਨੇ ਔਗਣਾਂ ਦਾ ਨਾਸ਼ ਕਰ ਦੇਣਾ ਔਰ ਮਨ ਸਾਡਾ ਨਿਰਮਲ ਹੋ ਜਾਏਗਾ। ਤੇ ਗੁਰੂ ਸਾਹਿਬ ਕਹਿੰਦੇ ਇਹ ਗੁਣ ਹੀ ਭਾਈ ਸਾਡੇ ਜਿਹੜੇ ਹੈ ਨਾ, ਇਹ ਗੁਣ ਹੀ ਸੇ ਭਾਈ ਸੇ ਵੀਰ, ਇਹੀ ਗੁਣ ਸਾਡੇ ਭਾਈ ਹੈ, ਇਹੀ ਸਾਡੇ ਵੀਰ ਹੈ, ਇਹੀ ਸਾਡੇ ਮਿੱਤਰ ਹੈ। ਭਾਈ ਗੁਰੂ ਪਿਆਰਿਓ, ਇਹਨਾਂ ਨੂੰ ਆਪਦੇ ਕੋਲੇ, ਭਰਾਵਾਂ ਨੂੰ, ਭਰਾਵਾਂ ਬਿਨਾਂ ਗੁਰੂ ਸਾਹਿਬ ਕਹਿੰਦੇ ਆ ਕੁਛ ਨਹੀਂ ਬਣਦਾ, ਵੀਰਾਂ ਬਿਨਾਂ ਕੁਛ ਨਹੀਂ ਬਣਦਾ, ਸਹਾਈ ਹੁੰਦੇ ਆ। ਤੇ ਇਸ ਕਰਕੇ ਇਹ ਗੁਣ ਜਿਹੜੇ ਆ ਨਾ, ਧਰਮ ਦਇਆ ਸੰਤੋਖ ਸੱਚ ਔਰ ਧੀਰਜ ਜਿਹੜੇ ਆ, ਸਾਡੇ ਮਿੱਤਰ ਹੈ, ਸਾਡੇ ਭਾਈ ਹੈ, ਸਾਡੇ ਵੀਰ ਹੈ। ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇ ਪੀਰ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਕੋਈ ਭਾਈ ਇਹਨਾਂ ਔਗਣਾਂ ਦਾ ਧਾਰਨ ਕੀਤਾ ਹੋਇਆ ਪ੍ਰਾਣੀ, ਉਹਦੀ ਮ੍ਰਿਤੂ ਹੋ ਜਾਵੇ ਤੇ ਉਹ ਅੱਗੇ ਜਾਵੇ ਦਰਗਾਹ ਦੇ ਵਿੱਚ ਧਰਮਰਾਜ ਦੇ ਦੁਆਰੇ ਤੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਭਾਈ ਉੱਥੇ ਫਿਰ ਇਹਨਾਂ ਦੀ ਮੰਨ ਨਹੀਂ ਹੁੰਦੀ, ਇਹਨਾਂ ਦਾ ਸਨਮਾਨ ਨਹੀਂ ਹੁੰਦਾ ਗਾ, ਇਹਨਾਂ ਦੀ ਮਾਨਤਾ ਨਹੀਂ ਹੁੰਦੀ, ਇਹਨਾਂ ਨੂੰ ਮਾਣ ਨਹੀਂ ਮਿਲਦਾ। ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਧਰਮਰਾਜ ਪਤਾ ਕੀ ਕਹਿੰਦਾ ਜਮਾਂ ਨੂੰ, ਕਹਿੰਦਾ ਮਾਰ ਕੱਢੋ, ਇਹ ਬੇਪੀਰੇ ਹੈ, ਇਹ ਬੇਪੀਰੇ ਹੈ, ਗੁਰੂ ਤੋਂ ਬਿਨਾਂ ਹੈ, ਗੁਰੂ ਪੀਰ ਤੋਂ ਬਿਨਾਂ ਹੈ, ਇਹਨਾਂ ਦਾ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਨ ਕੀਤਾ ਹੋਇਆ, ਇਹਨਾਂ ਕੋਲੇ ਪ੍ਰਮਾਤਮਾ ਦਾ ਓਟ ਆਸਰਾ ਨਹੀਂ ਹੈ, ਇਹਨਾਂ ਦੇ ਕੋਲੇ ਪ੍ਰਮਾਤਮਾ ਦਾ ਪਿਆਰ ਨਹੀਂ ਹੈ, ਇਸ ਕਰਕੇ ਇਹ ਬੇਪੀਰੇ ਲੋਕ ਹੈ। ਔਰ ਫਿਰ ਉਹਨਾਂ ਆਤਮਾਵਾਂ ਨੂੰ, ਉਹਨਾਂ ਜੀਵ ਆਤਮਾ ਨੂੰ ਭਾਈ ਦਰਗਾਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਭਾਈ ਤੁਸੀਂ ਗੁਣਾਂ ਦਾ ਧਾਰਨੀ ਬਣੋ। ਗੁਰੂ ਸਾਹਿਬ ਕਹਿੰਦੇ, ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਮੱਕੇ ਦੇ ਵਿੱਚ ਗਏ ਨਾ, ਤੇ ਉਦੋਂ ਮੁਸਲਮਾਨਾਂ ਨੇ, ਪੀਰਾਂ ਨੇ ਇਹ ਸਵਾਲ ਕੀਤਾ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੈ ਹਾਜੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਤੇ ਭਾਈ ਇੱਥੇ ਵੀ ਗੁਰੂ ਸਾਹਿਬ ਇਹੀ ਗੱਲ ਕਰਦੇ ਆ ਕਿ ਭਾਈ ਜੇ ਗੁਣ ਨਹੀਂ ਹੈ ਨਾ ਤੁਹਾਡੇ ਕੋਲੇ, ਤੇ ਫਿਰ ਔਗਣਾਂ ਵਾਲਿਆਂ ਦੀ ਕੋਈ ਕੀਮਤ ਨਹੀਂ ਪੈਂਦੀ, ਦਰਗਾਹ ਦੇ ਵਿੱਚ ਉਹਨਾਂ ਦੀ ਮਾਨ ਨਹੀਂ ਮਿਲਦਾ, ਉਹਨਾਂ ਨੂੰ ਮਾਨਤਾ ਨਹੀਂ ਮਿਲਦੀ, ਔਰ ਉਹਨਾਂ ਨੂੰ ਜਿਹੜਾ ਨਾ ਧਰਮ ਰਾਜ ਜਿਹੜਾ ਹੈ ਜਮਾਂ ਨੂੰ ਇਹ ਕਹਿ ਦਿੰਦਾ ਕਿ ਇਹ ਬੇਪੀਰੇ ਹੈ, ਇਹਨਾਂ ਨੂੰ ਬਾਹਰ ਬਾਹਰ ਮਾਰ ਕੱਢੋ। ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ, ਇਹ ਬੇਪੀਰਿਆਂ ਨੂੰ ਬਾਹਰ ਕੱਢ ਦਿਓ ਦਰਗਾਹ ਦੇ ਵਿੱਚੋਂ। ਤੇ ਫਿਰ ਕਿੱਥੇ ਸਿੱਟੀ ਦਾ, 84 ਲੱਖ ਜੂਨੀਆਂ ਦੁੱਖਾਂ ਕਸ਼ਟਾਂ ਦੇ ਵਿੱਚ, ਤਸੀਹਾਂ ਦੇ ਵਿੱਚ, ਜਿੱਥੇ ਇਹ ਜੀਵ ਆਤਮਾ ਰੋਂਦੀ ਹੈ, ਕੁਰਲਾਉਂਦੀ ਹੈ, ਨਾਲੇ ਭੋਗ ਭੋਗਦੀ ਹੈ, ਨਾਲੇ ਕਸ਼ਟ ਭੋਗਦੀ ਹੈ, ਨਾਲੇ ਤੜਫਦੀ ਹੈ, ਫਿਰ ਉਸਨੂੰ ਇਹ ਮੌਕਾ ਨਹੀਂ ਮਿਲਦਾ ਕਿਤੇ 84 ਲੱਖ ਜੂਨੀਆਂ ਦੇ ਭੋਗਾਂ ਤੋਂ ਬਾਅਦ ਕਿਤੇ ਫਿਰ ਜਾ ਕੇ, ਕਿਤੇ ਫਿਰ ਕਿਤੇ ਗੁਰੂ ਦੀ ਕਿਰਪਾ ਹੋਵੇ, ਕਿਸੇ ਚੰਗੇ ਭਾਗਾਂ ਦੇ ਉਹਦੇ ਹੋਣ ਦੀ ਵਜ੍ਹਾ ਕਰਕੇ, ਜੇ ਕਿਤੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਮਨੁੱਖਿਆ ਜੋਨੀ ਫਿਰ ਮਿਲ ਜਾਵੇ, ਤੇ ਫਿਰ ਮਨੁੱਖਿਆ ਜੋਨੀ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰੇ ਇਹ ਜੀਵ ਆਤਮਾ, ਤੇ ਫਿਰ ਪਰਮਾਤਮਾ ਦੇ ਦਰਸ ਤਾਰੇ ਪ੍ਰਾਪਤ ਕਰ ਸਕਦੀ ਹੈ, ਫਿਰ ਪਰਮਪਿਤਾ ਪਰਮਾਤਮਾ ਨਾਲ ਮਿਲਣ ਕਰ ਸਕਦੀ ਹੈ, ਨਹੀਂ ਤਾਂ ਫਿਰ ਮੁੜ ਕੇ ਉਸੇ ਤਰ੍ਹਾਂ 84 ਦਾ ਚੱਕਰ ਜਿਹੜਾ ਉਹ ਲੱਗਿਆ ਹੀ ਰਹਿੰਦਾ ਹੈ। ਇਹ ਜੀਵ ਆਤਮਾ 84 ਦੇ ਚੱਕਰ ਜੀ ਫਸੀ ਰਹਿੰਦੀ ਹੈ, ਉਸ ਚੱਕਰ ਚੋਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੀ। ਮਨੁੱਖਾ ਜੋਨੀ ਚ ਆ ਕੇ ਨਾਮ ਨਹੀਂ ਸਿਮਰਦੀ ਔਰ ਨਾਮ ਨਹੀਂ ਸਿਮਰਦੀ, ਤੇ 84 ਲੱਖ ਜੂਨੀਆਂ ਦੇ ਵਿੱਚ ਫਿਰ ਮੁੜ ਮੁੜ ਕੇ ਪਤਾ ਨੀ ਕਿੰਨੇ ਜਨਮ 84 ਲੱਖ ਜੂਨੀਆਂ ਭੋਗਦੀ ਰਹੀ। ਇਹ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਭਾਈ ਪੀਸਾ ਲਾਹਿਓ ਸਾਚਾ ਸੋਏ, ਚਾਹੇ ਤੁਸੀਂ ਕਿਸੇ ਵੀ ਅਵਸਥਾ ਦੇ ਵਿੱਚ ਹੋ, ਪਰਮਾਤਮਾ ਨੂੰ ਛੱਡੋ ਨਾ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੋ, ਪਰਮਪਿਤਾ ਪਰਮਾਤਮਾ ਦੀ ਵਡਿਆਈ ਕਰਦੇ ਰਹੋ, ਤੇ ਉਹਦੀ ਮਿਹਰ ਦੀ ਨਜ਼ਰ ਜਦੋਂ ਹੋਏਗੀ ਨਾ ਤੇ ਤੁਹਾਨੂੰ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣਗੇ। ਤੇ ਗੁਰੂ ਸਾਹਿਬ ਨੇ ਸਾਨੂੰ ਨੌਵੇਂ ਪਾਤਸ਼ਾਹ ਨੇ ਵੀ ਇਹੀ ਗੱਲ ਸਮਝਾਈ ਹੈ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਭਾਈ
ਤੁਸੀਂ ਪਰਮਾਤਮਾ ਦੀ ਸ਼ਰਨ ਹੋ ਜਾਓ, ਪਰਮਾਤਮਾ ਦਾ ਨਾਮ ਸਿਮਰਨ ਕਰੋ। ਉਹਦੀ ਨਿਗਾਹ, ਮਿਹਰ ਦੀ ਨਿਗਾਹ ਐਸੀ ਹੈ ਕਿ ਉਹ ਤੁਹਾਨੂੰ ਸੁੱਖਾਂ ਦੇ ਭੰਡਾਰ ਬਖਸ਼ ਦੇਗੀ, ਪਰਮਾਨੰਦ ਸੁੱਖ ਬਖਸ਼ ਦੇਗੀ, ਸਦਾ ਖੁਸ਼ੀਆਂ ਖੁਸ਼ੀਆਂ ਬਖਸ਼ ਦੇਗੀ ਤੁਹਾਨੂੰ। ਤੇ ਤੁਸੀਂ ਜੇ ਜੀਵਨ ਦੇ ਵਿੱਚ ਸੁਖੀ ਰਹਿਣਾ ਨਾ, ਤੇ ਹੁਣ ਜਿੰਨਾ ਸਮਾਂ ਤੁਹਾਡੇ ਕੋਲ, ਅੱਜ ਜਿੰਨੀ ਤੁਹਾਡੂ ਆਜੂ ਹੈ, ਅੱਜ ਹੀ ਲੱਗ ਜਾਓ ਪਰਮਪਿਤਾ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਪਿਤਾ ਪਰਮਾਤਮਾ ਤੋਂ ਨਾਮ ਮੰਗਣਾ। ਨਾਮ ਦਿਓ, ਨਾਮ ਦਿਓ, ਇਹ ਪਰਮਪਿਤਾ ਪਰਮਾਤਮਾ ਤੁਹਾਡਾ ਨਾਮ ਦਿਓ। ਤੇ ਉਹ ਪਰਮਪਿਤਾ ਪਰਮਾਤਮਾ ਜਦੋਂ ਤੁਸੀਂ ਇਹ ਬੇਨਤੀ ਲਾਓਗੇ ਨਾ, ਤੁਹਾਨੂੰ ਨਾਮ ਦੇ ਦਿੱਤਾ ਜਾਏਗਾ। ਨਾਮ ਦੀ ਸਿਮਰਨਾ ਕਰੋ, ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਕੇ, ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ, ਗੁਰੂ ਦੀ ਆਗਿਆ ਮੰਨਦੇ ਹੋਏ, ਗੁਰੂ ਦੀ ਹੁਕਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ, ਸੱਤ ਕਰਕੇ ਮੰਨਦੇ ਹੋਏ, ਦ੍ਰਿੜ ਨਿਸ਼ਚਾ ਕਰਕੇ ਉਸ ਪਰਮਪਿਤਾ ਪਰਮਾਤਮਾ ਦੀ ਵਡਿਆਈ ਕਰੋ। ਤੇ ਫਿਰ ਪਰਮਪਿਤਾ ਪਰਮਾਤਮਾ ਉਹ ਪ੍ਰੇਮ ਦਾ ਸਾਗਰ ਹੈ, ਉਹ ਕਿਰਪਾਲੂ ਹੈ, ਉਹ ਦਿਆਲੂ ਹੈ, ਸਾਡੇ ਉੱਤੇ ਦਿਆਲ ਹੋ ਕੇ ਸਾਨੂੰ ਸਭ ਬਖਸ਼ ਦਿੰਦਾ ਹੈ, ਸਾਡੇ ਔਗਣਾਂ ਨੂੰ ਬਖਸ਼ ਦਿੰਦਾ ਹੈ, ਗੁਣਾਂ ਦੀ ਭਰਪੂਰੀ ਕਰ ਦਿੰਦਾ ਹੈ। ਔਰ ਫਿਰ ਪਰਮਪਿਤਾ ਪਰਮਾਤਮਾ ਦੀ ਜਦੋਂ ਗੁਣ ਸਾਡੇ ਅੰਦਰ ਹਿਰਦੇ ਦੇ ਵਿੱਚ ਆਉਂਦੇ ਆ, ਅਸੀਂ ਨਾਮ ਸਿਮਰਨਾ ਕਰਦੇ ਹਾਂ, ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਜਦੋਂ ਮਨ ਸਾਡਾ ਨਿਰਮਲ ਹੋ ਜਾਂਦਾ, ਉਦੋਂ ਪਰਮਪਿਤਾ ਪਰਮਾਤਮਾ ਸਾਨੂੰ ਸਾਡੀ ਜੋਤ ਆਤਮਾ ਨੂੰ ਗੁਲਵੱਕੜੀ ਦੇ ਵਿੱਚ ਲੈ ਕੇ ਅੰਗੀਕਾਰ ਕਰਕੇ ਪਰਮਪਿਤਾ ਪਰਮਾਤਮਾ ਆਪ ਹੀ ਵਾਜਾਂ ਮਾਰਦਾ, ਆਪ ਹੀ ਮਿਲਨ ਕਰਾ ਦਿੰਦਾ, ਆਪ ਹੀ ਆਪਣੇ ਦਸਤ ਤਾਰੇ ਕਰਾ ਦਿੰਦਾ, ਆਪ ਹੀ ਆਪਣਾ ਸੱਚਖੰਡ ਦਾ ਦੁਆਰਾ ਦੇ ਦਿੰਦਾ, ਆਪ ਹੀ ਜੋਤ ਦੇ ਵਿੱਚ ਜੋਤ ਭੇਦ ਕਰਕੇ ਇਸ ਜੋਤ ਆਤਮਾ ਨੂੰ ਸਦਾ ਲਈ ਅਮਰ ਕਰ ਦਿੰਦੀ, ਜਿਉਂਦੀ ਜਾਗਦੀ ਪਰਮਾਤਮਾ ਦੀ ਜੋਤ ਦਾ ਸਰੂਪ ਉਹ ਪਰਮਪਿਤਾ ਪਰਮਾਤਮਾ ਦੀ ਆਤਮਾ ਹੋ ਜਾਂਦੀ ਹੈ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਮਾ ਦੇ ਜਾਤਕਾਂ, ਵਿਚਾਰ ਦੇ ਵਿੱਚ ਕੋਈ ਤਰੁੱਟੀ ਮਹਿਸੂਸ ਹੋ ਸਕੇ, ਸਾਧ ਸੰਗਤ ਬਖਸ਼ਣਯੋਗ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਵੇਕ ਬੁੱਧ ਦੇ ਦਾਨੀ ਹੈ, ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸ਼ਰਨ ਹੋ ਕੇ ਇਹ ਗੁਣਾਂ ਦੀ ਧਾਰਨਾ ਮੰਗਦੇ ਹੈ, ਵਿਵੇਕ ਬੁੱਧ ਮੰਗਦੇ ਹੈ, ਗੁਰੂ ਉਹਨਾਂ ਤੇ ਬਖਸ਼ਿਸ਼ ਕਰਦਾ, ਉਹਨਾਂ ਨੂੰ ਹੋਰ ਵਿਵੇਕ ਬੁੱਧ ਬਖਸ਼ਦਾ ਹੈ। ਅਸੀਂ ਵੀ ਇਹ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ, ਸਾਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਵਿਵੇਕ ਬੁੱਧ ਬਖਸ਼ ਕੇ, ਆਪਣਾ ਗਿਆਨ ਪ੍ਰਕਾਸ਼ ਬਖਸ਼ ਕੇ ਸਾਡੇ ਤੇ ਮਿਹਰ ਕਿਰਪਾ ਦ੍ਰਿਸ਼ਟੀ ਕਰੋ। ਪਰਮਪਿਤਾ ਪਰਮਾਤਮਾ ਨੂੰ ਵੀ ਬੇਨਤੀ ਹੈ, ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਸਿਰਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿਓ, ਅਸੀਂ ਸੁੱਖਾਂ ਦੇ ਵਿੱਚ ਆਪਣਾ ਜੀਵਨ ਜਿਉਈਏ, ਸਾਨੂੰ ਕਦੇ ਵੀ ਕੋਈ ਕਸ਼ਟ ਨਾ ਹੋਵੇ, ਅਸੀਂ ਤੇਰੇ ਤੋਂ ਵਿਛੋੜਾ ਨਾ ਪਾਈਏ, ਅਸੀਂ ਤੇਰੇ ਸਦਾ ਦਰਸ਼ ਦਾਰੇ ਦੇ ਵਿੱਚ ਆਪਣਾ ਜੀਵਨ ਬਿਤਾਉਂਦੇ ਰਹੀਏ। ਗੁਰਮੁਖ ਪਿਆਰੇ ਜਿਹੜੇ ਹੁੰਦੇ ਆ, ਸਦਾ ਹੀ ਪਰਮਪਿਤਾ ਪਰਮਾਤਮਾ ਤੋਂ ਇਹੀ ਮੰਗਦੇ ਆ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਭਾਈ ਚਰਨਾਂ ਦੀ ਪ੍ਰੀਤ, ਪਰਮਾਤਮਾ ਦੇ ਚਰਨਾਂ ਦੀ ਰੀਤ, ਚਰਨਾਂ ਦੀ ਲਿਵ, ਚਰਨਾਂ ਦੀ ਸੁਰਤੀ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਕੇ ਉਸ ਪਰਮਪਿਤਾ ਪਰਮਾਤਮਾ ਦੇ ਨਾਲ ਜੁੜੇ ਰਹੋ, ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਪਰਮਪਿਤਾ ਪਰਮਾਤਮਾ ਮਨ ਸ਼ੁੱਧ ਕਰ ਲਓ, ਸੂਕ੍ਰਿਤ ਕਰੋ, ਕਿਸੇ ਦਾ ਹੱਕ ਨਾ ਖਾਓ, ਕਿਸੇ ਦਾ ਮਾਰੋ ਨਾ, ਕਿਸੇ ਨੂੰ ਬੇਈਮਾਨੀ ਨਾ ਕਰੋ, ਕੂੜ ਨਾ ਕਰੋ,